ਹੈਲੋ ਹੈਲੋ ਹਾਂਜੀ ਬੱਚੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਸਿੱਧੂ ਥੋੜਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਕਸੈਸ ਟਰੀ ਪੰਜਾਬ ਤੇ ਆਈ ਹੋਪ ਬੱਚੇ ਤੁਸੀਂ ਸਾਰੇ ਹੋਵੋਗੇ ਕੈਮ ਕਨਫਰਮ ਕਰ ਦਿਓ ਕਿ ਮੇਰੀ ਆਵਾਜ਼ ਤੁਹਾਨੂੰ ਪ੍ਰੋਪਰ ਆ ਰਹੀ ਹੈ ਤੇ ਵੀਡੀਓ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਅਨ ਵਾਇਗਰੋ ਜੀ ਕਾਲਸਾ ਤੇ ਵਾਇਗਰੋ ਜੀ ਕੀ ਫਤਿਹ ਗੁੱਡ ਮਾਰਨਿੰਗ ਜੀ ਸੌਰ ਮਹਿਰਾ ਸੁਪੇਸ਼ ਸ਼ਰਮਾ ਸ੍ਰਿਵਨ ਚਿੰਨਾ ਸੁਮੇਤ ਅਮਨ ਅਰਜਿੰਦਰ ਮਾਨਸਾ ਰਾਜਪਾਲ ਸ਼ਿਵਮ ਅਨਪੀਤ ਜਸਦੀਪ ਯੂਵਰਾਜ ਰਮਨ ਗੋਇਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੁਪਿੰਦਰ ਕੀ ਹਾਲ ਚਾਲ ਲੋ ਜੀ ਕਿਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਸੋ ਅੱਜ ਦੇ ਸੈਸ਼ਨ ਨੂੰ ਸਟਾਰਟ ਕਰਾਂਗੇ ਤੇ ਅੱਜ ਦੇ ਸੈਸ਼ਨ ਦੇ ਨਾਲ ਚੱਲਦੇ ਚੱਲਦੇ ਜਿਹੜੇ ਅੱਜ ਆਪਾਂ ਨੇ ਐਮਸੀਕਿਊ ਕਰਨੇ ਨੇ ਐਮਸੀਕਿਊ ਬੱਚੇ ਆਪਾਂ ਅੱਜ ਕਰਾਂਗੇ ਜਨਵਰੀਅਰ ਫਰਵਰੀ ਵਾਲੇ ਹੀ ਉਹਨੂੰ ਅੱਜ ਖਤਮ ਕਰਕੇ ਤੁਹਾਨੂੰ ਉਹ ਵਾਲੀ ਫਾਈਲ ਵੀ ਜਿਹੜੀ ਹੈ ਮੈਂ ਅਪਲੋਡ ਕਰ ਦੇਣੀ ਹੈ ਠੀਕ ਹੈ ਜੀ ਸੋ ਕਰੰਟ ਅਫੇਅਰਸ ਕਰਦੇ ਆ ਐਮਸੀਕਿਊਜ਼ ਵੀ ਕਰਾਂਗੇ ਨਾਲ ਹਨਾ ਜੀ ਤੇ ਨਾਲ ਫਿਰ ਤੁਹਾਨੂੰ ਅੱਜ ਜਨਵਰੀ ਫਰਵਰੀ ਵਾਲਾ ਕੰਪਾਈਲਡ ਐਮਸੀਕਿਊਜ਼ ਜਿਹੜਾ ਉਹ ਵੀ ਮੈਂ ਤੁਹਾਨੂੰ ਅਪਲੋਡ ਕਰ ਦਊਗਾ ਆਜੋ ਬਈ ਸਾਰੇ ਪਿਆਰੇ ਵਿਦਿਆਰਥੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿੰਨੇ ਬੱਚੇ ਜੁੜ ਗਏ ਨੇ ਤੇ ਸੈਸ਼ਨ ਨੂੰ ਕਰ ਦਿਓ ਲਾਈਕ ਲੋ ਜੀ ਸੈਸ਼ਨ ਨੂੰ ਲਾਈਕ ਕਰ ਦਿਓ ਜੀ ਜਗਜੀਵਨ ਕੌਰ ਜੀ ਸਤਿ ਸ਼੍ਰੀ ਅਕਾਲ ਇਨਾ ਸੈਡ ਦਿਸ نو ਨੀਡ ਟੂ ਬੀ ਸੈਡ ਬੱਚੇ ਸਵੇਰ ਸਵੇਰ ਦਾ ਦਿਨ ਹੈ ਕਤਰ ਰਹਿ ਗਏ ਸੀ ਬਾਕ ਕਰਦਾਂਗੇ ਸਿਮਰ ਜਿੰਨੇ ਕੋਈ ਚੱਕਰ ਨਹੀਂ ਨਵੀਂ ਬਾਬਾ ਜੀ ਸਤਿ ਸ਼੍ਰੀ ਅਕਾਲ ਲੋ ਜੀ ਕਰੀਏ ਫਿਰ ਸਟਾਰਟ ਸੈਸ਼ਨ ਨੂੰ ਸੈਸ਼ਨ ਨੂੰ ਸਟਾਰਟ ਕਰਦੇ ਆ 11 ਮਾਰਚ ਦਾ ਦਿਨ ਹੈ ਪਰ ਪੁਰਾਣੇ ਦਿਨ ਚ ਜਾਵਾਂਗੇ ਆਪਾਂ 10 ਮਾਰਚ 10 ਮਾਰਚ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਦਿਨ ਮਨਾਇਆ ਗਿਆ ਸੀ ਜਿਹਦਾ ਨਾਮ ਹੈ ਸੀਆਈਐਸਐਫ ਰੇਜ਼ਿੰਗ ਡੇ ਹੁਣ ਸੀਆਈਐਸਐਫ ਹੈਗਾ ਕੀ ਆ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਕਿਹੜੀ ਹੈ ਜੀ ਇਹ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਜਿਹਦੇ ਡਾਇਰੈਕਟਰ ਜਨਰਲ ਕੌਣ ਨੇ ਆਪਾਂ ਨੇ ਚੰਗੀ ਤਰ੍ਹਾਂ ਕੀਤੇ ਹੋਏ ਸੀਗੇ ਡਾਇਰੈਕਟਰ ਜਨਰਲ ਨਾ ਦੇ ਨੀਨਾ ਸਿੰਘ ਕੌਣ ਨੇ ਜੀ ਨੀਨਾ ਸਿੰਘ ਨੇ ਡਾਇਰੈਕਟਰ ਜਨਰਲ ਨੇ ਤੇ ਇਹਨਾਂ ਨੂੰ ਰੀਸੈਂਟਲੀ ਸੀਐਸਐਫ ਵਾਲਿਆਂ ਨੂੰ ਆਪਾਂ ਨੇ ਪਾਰਲੀਮੈਂਟ ਦੀ ਸਿਕਿਉਰਿਟੀ ਵੀ ਦਿੱਤੀ ਸੀਗੀ ਹੁਣ ਪਾਰਲੀਮੈਂਟ ਦੀ ਸਿਕਿਉਰਿਟੀ ਕੌਣ ਕਰਦਾ ਹੈ ਸੀਆਈਐਸਐਫ ਕਰਦੀ ਹੈ ਉਸ ਤੋਂ ਇਲਾਵਾ ਇਹ ਕਿੱਥੇ ਕਿੱਥੇ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ ਤੁਹਾਡੇ 에어ਪੋਰਟ ਹੋਗੇ ਪੀਐਸਯੂਸ ਹੋਗੇ ਹਨਾ ਜੀ ਰੇਲਵੇ ਸਟੇਸ਼ਨਸ ਹੋਗੇ ਤਾਂ ਹੋਰ ਜਿਹੜੇ ਇੰਪੋਰਟੈਂਟ ਥਰਮਲ ਪਾਵਰ ਸਟੇਸ਼ਨਸ ਹੋਗੇ ਨਿਊਕਲੀਅਰ ਪਾਵਰ ਸਟੇਸ਼ਨਸ ਹੋਗੇ ਉਹਨਾਂ ਉੱਤੇ ਜਿਹੜੀ ਹੈ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜਿਹ ਜਿਹੜੀ ਹੈ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਹੈ ਜੀ ਸੀਐਸਐਫ ਦੇ ਬਾਰੇ ਡਾਇਰੈਕਟਰ ਜਨਰਲ ਨੀਨਾ ਸਿੰਘ ਫਰਸਟ ਔਮਨ ਡਾਇਰੈਕਟਰ ਟੂ ਐਵਰ ਜਿਨ੍ਹਾਂ ਨੂੰ ਬੱਚਿਓ ਇਹਦੇ ਡਾਇਰੈਕਟਰ ਜਨਰਲ ਆਇਆ ਗਿਆ ਹੁਣ ਇਹ ਬੱਚਿਓ ਜਿਹੜਾ ਹੈ ਸੀਐਸਐਫ ਇੱਕ ਪੈਰਾਮਿਲਟਰੀ ਫੋਰਸ ਹੈ ਜੇ ਪੈਰਾਮਿਲਟਰੀ ਫੋਰਸ ਹੈ ਤਾਂ ਫਿਰ ਕਿਹੜੀ ਮਿਨਿਸਟਰੀ ਦੇ ਅੰਡਰ ਆਊਗੀ ਤਾਂ ਮਿਨਿਸਟਰੀ ਦੀ ਜੀ ਗੱਲ ਕਰਨਾ ਬੱਚਿਓ ਤਾਂ ਮਿਨਿਸਟਰੀ ਆਫ ਹੋਮ ਅਫੇਅਰਸ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਹੈ ਆਰਮਡ ਪੁਲਿਸ ਫੋਰਸ ਹੈ ਇਹ ਇੰਡੀਆ ਦੀ 10 ਮਾਰਚ 1969 ਨੂੰ ਇਹ ਜਦੋਂ ਬਣੀ ਸੀ ਕਦੋਂ ਬਣੀ ਸੀ 10 ਮਾਰਚ 1969 ਨੂੰ ਇਸ ਕਰਕੇ ਜਿਹੜਾ ਹੈ ਇਹਦਾ ਜਿਹੜਾ ਹੈ ਦਿਨ ਮਨਾਇਆ ਜਾਂਦਾ ਹੈ ਜੀ ਸੀਐਸਐਫ ਰੇਜ਼ਿੰਗ ਡੇ ਜੇ ਗੱਲ ਕੀਤੀ ਆਵੇ ਤੇ ਹੈੱਡਕੁਆਟਰ ਦੀ ਤਾਂ ਹੈੱਡਕੁਆਟਰ ਇਹਦਾ ਕਿੱਥੇ ਆ ਬੱਚੇ ਦਾ ਹੈੱਡਕੁਆਟਰ ਇਜ਼ ਇਨ ਦਿੱਲੀ ਨਵੀਂ ਦਿੱਲੀ ਦੇ ਵਿੱਚ ਬੱਚੇ ਇਹਦਾ ਹੈੱਡਕੁਆਟਰ ਹੈ ਯਾਦ ਰੱਖਣਾ ਤੇ ਆਈਪੀਐਸ ਡਾਇਰੈਕਟਰ ਜਿਹਨਾਂ ਨੀਨਾ ਸਿੰਘ ਨੇ ਹੈੱਡਕੁਆਟਰ ਕਿੱਥੇ ਆ ਜੀ ਨਵੀਂ ਦਿੱਲੀ ਇੰਡੀਆ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਲਓ ਜੀ ਹੁਣ ਇਹ ਨਿਊਜ਼ ਇੱਥੇ ਸਮਾਪਤ ਹੋ ਜਾਂਦੀ ਹੈ ਪਰ ਇੱਥੋਂ ਥੋੜੇ ਲਈ ਸਵਾਲਾਂ ਦੀ ਇੱਕ ਲੜੀ ਸਟਾਰਟ ਹੋ ਜਾਊਗੀ ਮੈਨ ਇੱਕ ਹੈਗੀ ਐਸਐਸਬੀ ਸਸ਼ਸਤਰ ਸੀਮਾ ਬਲ ਤੇ ਇੱਕ ਹੈਗਾ ਜੀ ਆਪਣਾ ਨੈਸ਼ਨਲ ਸਕਿਉਰਿਟੀ ਗਾਰਡ ਇਹਨਾਂ ਦੋਨਾਂ ਦਾ ਹੀ ਡਾਇਰੈਕਟਰ ਜਨਰਲ ਕੌਣ ਹੈ ਬੱਚਿਓ ਫਟਾਫਟ ਲਾਓ ਲਾਓ ਜੀ ਕੌਣ ਹੈ ਜੀ ਦੂਜਾ ਸਵਾਲ ਕਿਵੇਂ ਯਾਦ ਕਰਕੇ ਰੱਖਿਆ ਮੀਨਸ ਵਿਚ ਸਟ੍ਰੈਟਜੀ ਫੋਲੋ ਕਰੀਏ ਮੈਂ ਫਰੈਸ਼ਰ ਹਾਂ ਸਰ ਨਵੀਂ ਬਾਬਾ ਕੋਈ ਚੱਕਰ ਨਹੀਂ ਬੱਚੇ ਬਸ ਆਪਾਂ ਨੇ ਹਰ ਰੋਜ਼ ਇੱਥੇ ਰਹਿਣਾ ਹੈਗਾ ਹਰ ਰੋਜ਼ ਗਰੰਟੀ ਫੇਰ ਲਾਓ ਉਸ ਤੋਂ ਬਾਅਦ ਜਿੰਮੇ ਮੈਂ ਸੋੜੇ ਸਵਾਲ ਪੁੱਛਦਾ ਨਾ ਬਸ ਰਿਵਾਈਜ਼ ਕਰੋ ਹੋਰ ਕੀ ਹੈ ਬੱਚੇ ਹੋਰ ਕੁਝ ਵੀ ਨਹੀਂਗਾ ਅਨੁਰਾਗ ਅਗਰਵਾਲ ਨਹੀਂ ਬੱਚੇ ਦਲਜੀਤ ਸਿੰਘ ਚੌਧਰੀ ਨੇ ਕੌਣ ਨੇ ਜੀ ਦਲਜੀਤ ਸਿੰਘ ਚੌਧਰੀ ਦਲਜੀਤ ਤੇ ਸਿੰਘ ਤੇ ਚੌਧਰੀ ਬੱਚਿਓ ਯਾਦ ਰੱਖਣਾ ਇਸ ਗੱਲ ਨੂੰ ਤੁਸੀਂ ਲੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਬੱਚਿਓ ਤੁਸੀਂ ਮੈਨੂੰ ਦੱਸੋਗੇ ਆਪਣੇ ਬੀਐਸਐਫ ਦੇ ਬੀਐਸਐਫ ਦੇ ਡਾਇਰੈਕਟਰ ਜਨਰਲ ਕੌਣ ਨੇ ਜੀ ਬੀਐਸਐਫ ਦੇ ਦੱਸ ਦਿਓ ਤੇ ਸੀਆਰਪੀਐਫ ਦੇ ਦੱਸ ਦਿਓ ਆ ਤਿੰਨ ਜਰੂਰ ਦੱਸਣੇ ਨੇ ਬੀਐਸਐਫ ਦੇ ਕੌਣ ਸੀਗੇ ਨਿਤਨ ਨੱਗਰਵਾਲ ਨਿਤਨ ਅਗਰਵਾਲ ਤੇ ਆਪਣੇ ਅਗਰਵਾਲ CRPF ਦੇ ਕੋਣ ਨੇ ਅਨੀਸ਼ ਦਿਵਾਲ ਸਿੰਘ ਅਨੀਸ਼ ਦਿਵਾਲ ਤੇ ਸਿੰਘ ਇੱਕ ਸਵਾਲ ਥੋੜੇ ਤੋਂ ਹੋਰ ਪੁੱਛੂੰਗਾ ਮੈਨੂੰ ਦੱਸਿਓ ਜੀ ਪਾਰਲੀਮੈਂਟ ਦੇ ਪਾਰਲੀਮੈਂਟ ਸਕਿਉਰਿਟੀ ਦਾ ਹੈੱਡ ਕੌਣ ਲਾਇਆ ਗਿਆ ਸੀਗਾ ਪਾਰਲੀਮੈਂਟ ਸਕਿਉਰਿਟੀ ਦਾ ਹੈੱਡ ਕਿਹਨੂੰ ਲਾਇਆ ਗਿਆ ਸੀ ਬੱਚੇ ਦੱਸਿਓ ਮਣਾ ਜੀ ਪਾਰਲੀਮੈਂਟ ਸਕਿਉਰਿਟੀ ਦਾ ਹੈੱਡ ਕਿਹਨੂੰ ਲਾਇਆ ਗਿਆ ਸੀ ਰੀਸੈਂਟ ਟਾਈਮ ਦੇ ਵਿੱਚ ਦੱਸੋ ਉਹਨਾਂ ਦਾ ਨਾਮ ਕੀ ਹੈ ਜੀ ਦੱਸੋ ਜੀ ਸ਼ਾਬਾਸ਼ ਅਨੁਰਾਗ ਅਗਰਵਾਲ ਕੌਣ ਸੀ ਉਹਨਾਂ ਦਾ अनुराग अग्रवाल की नाम से अनुराग अग्रवाल अग्रवाल लो जी वेरी गुड जी ਹੁਣ ਤੁਸੀਂ ਬਸ ਲਾਸਟ ਕੁਐਸਚਨ ਪੁੱਛੂ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਨਿਊਜ਼ ਤੇ ਚੱਲਾਂਗੇ ਉਸ ਸਿੱਖ ਦਾ ਨਾਮ ਦੱਸ ਦਿਓ ਜਿਹੜਾ ਕਿ ਪਹਿਲਾ ਸਿੱਖ ਮਿਨਿਸਟਰ ਬਣਿਆ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਪੰਜਾਬ ਪ੍ਰੋਵਿੰਸ ਜਿਹਦੇ ਹੁਣ ਸੀਐਮ ਲੱਗੇ ਸੀ ਮਰੀਅਮ ਨਵਾਜ਼ ਉੱਥੇ ਸਿੱਖ ਮਿਨਿਸਟਰ ਕੌਣ ਲੱਗਿਆ ਮਿਨੋਰਟੀ ਅਫੇਅਰਜ਼ ਦਾ ਮਿਨਿਸਟਰ ਬਣਾਇਆ ਜਾਊਗਾ ਉਹਨਾਂ ਨੂੰ ਨਾਮ ਕੀ ਉਹਨਾਂ ਦਾ ਦੱਸਿਓ ਜੀ ਰਮੇਸ਼ ਸੀਗਾ ਰਮੇਸ਼ ਸਿੰਘ ਅਰੋੜਾ ਕੀ ਨਾਮ ਸੀ ਰਮੇਸ਼ ਸਿੰਘ ਅਰੋੜਾ रमेश ते सिंह ते अरोड़ा ਬਹੁਤ ਵਧੀਆ ਜੀ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਏਦਾਂ ਹੀ ਮੈਂ ਤੁਹਾਡੇ ਸਾਰੇ ਪ੍ਰਾਣੀ ਗਰੰਟੀ ਫੇਰ ਰਿਵਾਈਜ਼ ਕਰਵਾਉਂਦਾ ਰਹੂੰਗਾ ਤੁਹਾਡੇ ਤੋਂ ਸਵਾਲ ਪੁੱਛਦਾ ਰਹੂੰਗਾ ਹੁਣ ਚੱਲਦੇ ਆਪਾਂ ਅਗਲੇ ਨਿਊਜ਼ ਆਰਟੀਕਲ ਤੇ ਬੱਚਿਓ ਜਿੱਥੇ ਜ਼ਿਕਰ ਹੋ ਰਿਹਾ ਔਸਕਰਸ ਦੇ ਅਵਾਰਡਸ ਦਾ ਔਸਕਰ ਅਵਾਰਡਸ ਜਿਹੜੇ ਬੱਚਿਓ ਰਿਲੀਜ਼ ਹੋ ਚੁੱਕੇ ਨੇ ਔਸਕਰਸ 2024 ਇਸ ਅਵਾਰਡਸ ਨੂੰ ਆਪਾਂ ਕੀ ਕਹਿੰਦੇ ਨੇ ਹੁੰਦੇ ਆ ਅਕੈਡਮੀ ਅਵਾਰਡਸ ਵੀ ਕਹਿੰਦੇ ਆ ਕੀ ਕਹਿੰਦੇ ਆ ਅਕੈਡਮੀ ਅਵਾਰਡਸ ਵੀ ਕਹਿੰਦੇ ਨੇ ਆ ਯਾਦ ਰੱਖਣਾ ਵੀ ਜੇ ਕਿਤੇ ਅਕੈਡਮੀ ਅਵਾਰਡਸ ਕਹਿੰਦਾ ਜਾਂ ਔ ਕੌਣ ਪ੍ਰੈਜ਼ੈਂਟ ਕਰਦਾ ਹੈ ਅਕੈਡਮੀ ਆਫ ਮੋਸ਼ਨ ਪਿਕਚਰ ਆਫ ਆਰਟਸ ਐਂਡ ਸਾਇੰਸਸ ਯੂਨਾਈਟਿਡ ਸਟੇਟਸ ਸੇ ਪ੍ਰੈਜ਼ੈਂਟ ਕਰਦੀ ਹੈ ਤੇ ਹੁਣ ਦੇਖਦੇ ਆ ਬੈਸਟ ਐਕਟਰ ਬੈਸਟ ਐਕਟਰਸ ਕੌਣ ਇਹਦੇ ਵਿੱਚ ਦਿੱਤੇ ਗਏ ਨੇ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ 81st ਗੋਲਡਨ ਗਲੋਬ ਅਵਾਰਡਸ ਹੋਈ ਸੀ ਬਸ ਉਹੀ ਉਹੀ ਜਿਹੜੇ ਉਹਦੇ ਚ ਵਿਨਰ ਸੀਗੇ ਉਹੀ ਔਸਕਰ ਦੇ ਵਿੱਚ ਵੀ ਵਿਨਰ ਨੇ ਲੋ ਜੀ ਬੈਸਟ ਐਕਟਰ ਦਾ ਅਵਾਰਡ ਦਿੱਤਾ ਗਿਆ ਬੱਚੇ ਓਪਨ ਹਾਈਮਰ ਪਿਕਚਰ ਵਾਸਤੇ ਸਿਲਿਨ ਮਰਫੀ ਨੂੰ ਓਪਨ ਹਾਈਮਰ ਪਿਕਚਰ ਵਾਸਤੇ ਕਿਹਨੂੰ ਦਿੱਤਾ ਗਿਆ ਸਿਲਿਨ ਮਰਫੀ ਨੂੰ ਜਿਨੇ ਰਾਬਰਟ ਜੇ ਓਪਨ ਹਾਈਮਰ ਦਾ ਰੋਬਰਟ ਜੇਓ ਓਪਨਹਾਇਮਰ ਦਾ ਇਹਨਾਂ ਨੇ ਰੋਲ ਪਲੇ ਕੀਤਾ ਸੀ ਰੋਬਰਟ ਜੇਓ ਓਪਨਹਾਇਮਰ ਕੌਣ ਨੇ ਫਾਦਰ ਆਫ ਨਿਊਕਲੀਅਰ ਬੌਮ ਪਿਤਾਮਾ ਨੇ ਨਿਊਕਲੀਅਰ ਬੌਮ ਦਾ ਪਹਿਲੀ ਵਾਰੀ ਉਹਨੇ ਟ੍ਰਾਈਨਿਟੀ ਟੈਸਟ ਕੀਤਾ ਸੀ 1945 ਦੇ ਵਿੱਚ ਜਦੋਂ ਉਹਨਾਂ ਨੇ ਨਿਊਕਲੀਅਰ ਬੌਮ ਬਣਾਇਆ ਸੀ ਤੇ ਉਹ ਹੀ ਨਿਊਕਲੀਅਰ ਬੌਮ ਨੂੰ ਯੂਜ਼ ਕਰਕੇ ਨਾਗਾਸਾਕੀ ਤੇ ਹਿਰੋਸ਼ਿਮਾ ਦੇ ਵਿੱਚ ਬਲਾਸਟ ਕੀਤੇ ਗਏ ਸੀ ਬੱਚਿਓ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਬੱਚਿਓ ਵੈਰੀ ਗੁੱਡ ਜੀ ਉਸ ਤੋਂ ਬਾਅਦ ਬੱਚੇ ਗੱਲ ਆਉਂਦੀ ਹੈ ਬੈਸਟ ਐਕਟਰੈਸ ਦੀ ਬੈਸਟ ਐਕਟਰੈਸ ਦਾ ਅਵਾਰਡ ਦਿੱਤਾ ਗਿਆ ਕਿਹਨੂੰ ਜੀ ਐਮਾ ਸਟੋ ਦੇ ਦਿੱਤਾ ਗਿਆ ਅੱਗੇ ਚੱਲਦੇ ਆ ਜੀ ਜੇ ਗੱਲ ਆ ਜਾਂਦੀ ਹੈ ਬੈਸਟ ਪਿਕਚਰ ਦੀ ਵੀ ਸਭ ਤੋਂ ਬੈਸਟ ਪਿਕਚਰ ਕਿਹੜੀ ਰਹੀ ਹੈ ਔਸਕਰ 2024 ਦੇ ਵਿੱਚ ਤਾਂ ਫੇਰ ਸੇਮ ਟੂ ਸੇਮ ਜਿਹੜਾ ਅਵਾਰਡ ਜਾਂਦਾ ਹੈ ਓਪਨ ਹਾਈਮਰ ਪਿਕਚਰ ਨੂੰ ਆ ਸਾਰੇ ਬੱਚੇ ਜਿਹੜੇ ਨੋਮੀਨੇਸ਼ਨ ਸੀਗੇ winner ਓਪਨ ਹਾਈਮਰ ਹੈ ਫਿਰ ਗੱਲ ਆ ਜਾਂਦੀ ਹੈ ਬੱਚਿਓ ਔਸਕਰਸ ਵਾਰਸ ਵਿੱਚ ਬੈਸਟ ਡਾਇਰੈਕਟਰ ਦੀ ਬੈਸਟ ਡਾਇਰੈਕਟਰ ਬੱਚਿਓ ਫੇਰ ਓਪਨ ਹਾਈਮਰ ਨੂੰ ਹੀ ਚਲਾ ਗਿਆ ਕ੍ਰਿਸਟੋਫਰ ਨੋਲਨ ਜਿਹੜੇ ਨੇ ਡਾਇਰੈਕਟਰ ਰਹੇ ਨੇ ਬੱਚਿਓ ਕ੍ਰਿਸਟੋਫਰ ਨੋਲਨ ਜੀ ਓਪਨਹਾਇਮਰ ਪਿਕਚਰ ਦੇ ਬੈਸਟ ਡਾਇਰੈਕਟਰ ਦਾ ਅਵਾਰਡ ਓਪਨਹਾਇਮਰ ਨੂੰ ਦਿੱਤਾ ਗਿਆ ਗੱਲ ਆ ਜਾਂਦੀ ਹੈ ਬੱਚੇ ਫਿਰ ਅੱਗੇ ਬੈਸਟ ਸਪੋਰਟਿੰਗ ਐਕਟਰਸ ਦੀ ਬੈਸਟ ਸਪੋਰਟਿੰਗ ਐਕਟਰਸ ਕਿਹਨੂੰ ਦਿੱਤਾ ਗਿਆ ਰੋਬਰਟ ਡਾਊਨੀ ਜੂਨੀਅਰ ਨੂੰ ਇਹਨਾਂ ਨੇ ਵੀ ਬੱਚੇ ਓਪਨਹਾਇਮਰ ਦੇ ਵਿੱਚ ਹੀ ਰੋਲ ਪਲੇ ਕੀਤਾ ਸੀਗਾ ਬੈਸਟ ਸਪੋਰਟਿੰਗ ਐਕਟਰ ਮੇਲ ਰੋਬਰਟ ਡਾਊਨੀ ਜੂਨੀਅਰ ਜਿਹੜਾ ਆਇਰਨ ਮੈਨ ਦਾ ਰੋਲ ਪਲੇ ਕਰਦਾ ਹੈ ਜੇ ਗੱਲ ਕੀਤੀ ਹੋਵੇ ਬੈਸਟ ਐਕਟਰਸ ਸਪੋਰਟਿੰਗ ਐਕਟਰਸ ਦਾ ਅਵਾਰਡ ਦਿੱਤਾ ਇਹਨਾਂ ਨੂੰ ਬੱਚੇ ਇਹ ਅਵਾਰਡ ਦਿੱਤਾ ਗਿਆ ਜੀ ਬੈਸਟ ਸਪੋਰਟਿੰਗ ਐਕਟਰਸ ਦਾ 1 2 3 4 ਤੇ 5 6 ਇਹ 6 ਕੈਟਾਗਰੀਜ਼ ਨੇ ਬੱਚੋ ਜਿਹੜੇ ਤੁਸੀਂ ਯਾਦ ਰੱਖਣੀਆਂ ਨੇ ਕਿਹੜੀਆਂ ਨੇ ਜੀ ਇਹ ਇਹ 6 ਕੈਟਾਗਰੀਜ਼ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ ਜੀ ਯਾਦ ਰੱਖੋਗੇ ਬਿਲਕੁਲ ਜੀ ਲੋ ਜੀ ਹੁਣ ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣ ਲੱਗਿਆ ਜੀ ਅਗਲੀ ਨਿਊਜ਼ ਆਰਟੀਕਲ ਤੋਂ ਵਧੀਏ ਉਸ ਤੋਂ ਪਹਿਲਾ ਸਵਾਲ ਪੁੱਛੇ ਜਾਣਗੇ ਜੀ ਉਹ ਕਿਹੜਾ ਰਾਜ ਆ ਜਿਹੜਾ ਦੁੱਧ ਤੇ ਵੀ ਐਮਐਸਪੀ ਦੇਊਗਾ ਮਿਨਿਮਮ ਸਪੋਰਟ ਪ੍ਰਾਈਸ ਦੁੱਧ ਤੇ ਵੀ ਦਿੰਦਾ ਹੈ ਉਹ ਇਹ じゃ ਕਿਹੜਾ ਰਾਜ ਆ ਬੱਚਿਓ ਲਾਓ ਆਨਸਰ ਇਹਦਾ ਗੁੱਡ ਮਾਰ ਠੀਕ ਹੈ ਜੀ ਮਮਸਾ ਜੀ ਸਤਿ ਸ੍ਰੀ ਅਕਾਲ ਬੱਚਿਓ ਲੇਟ ਨਾ ਆਇਆ ਕਰੋ ਮੈਨੂੰ 9 ਵਜੇ ਐਗਜੈਕਟ ਜੇ ਮੈਂ ਤੁਹਾਡੇ ਕੋਲ ਆ ਜਾਂਦਾ ਜੇ 9:05 ਤੇ ਉਹਨਾਂ ਤੁਸੀਂ 9 ਦੇ 9 ਵਜੇ ਉਹ 100 150 ਬੱਚੇ ਜਿਹੜਾ ਹੁੰਦਾ ਆਪਣੇ ਕੋਲੇ ਉਹ ਉੱਥੇ ਲਾਈਵ ਬੈਠਿਆ ਹੋਇਆ ਕਰੇ ਹਿਮਾਚਲ ਪ੍ਰਦੇਸ਼ ਸ਼ਾਬਾਸ਼ ਜੀ ਹਿਮਾਚਲ ਪ੍ਰਦੇਸ਼ ਹੈ ਜੀ ਰਾਜ ਜਿਹੜਾ ਕਿ ਦੁੱਧ ਤੇ ਵੀ ਐਮਐਸਪੀ ਦਿੰਦਾ ਹੈ ਐਮਐਸਪੀ 4 ਮਿਲਕ ਵੈਰੀ ਗੁੱਡ ਬੱਚਿਓ ਪਹਿਲਾ ਸਵਾਲ ਤੁਹਾਡਾ ਦਨ ਹੋ ਗਿਆ ਜੀ ਹੁਣ ਤੁਹਾਡੇ ਤੋਂ ਦੂਜਾ ਸਵਾਲ ਪੁੱਛਿਆ ਜਾਊਗਾ ਬੱਚਿਓ ਇੱਕ ਸਕੀਮ ਆਈ ਸੀ ਹੁਣੇ ਰੀਸੈਂਟਲੀ ਹੈਪੀ ਸਕੀਮ ਇਹ ਹੈਪੀ ਸਕੀਮ ਕਿਹਨੇ ਲਾਂਚ ਕੀਤੀ ਸੀ ਹੈਪੀ ਸਕੀਮ ਕੀ ਦੇ ਦੁਆਰਾ ਕੀਤੀ ਗਈ ਸੀ ਲਾਂਚ ਕਿਹੜੀ ਰਾਜ ਸਰਕਾਰ ਸੀ ਜੀ ਨੇ ਹੈਪੀ ਸਕੀਮ ਲਾਂਚ ਕੀਤੀ ਸੀ ਦੱਸਿਓ ਜੀ ਹਾਂ 55 ਲੀਟਰ ਮੱਝ ਦੇ ਦੁੱਧ ਦੇ ਦਿੰਦੇ ਨੇ 45 ਰੁਪਏ ਕੋਈ ਨਹੀਂ ਬੱਚੇ ਕੋਈ ਨਹੀਂ ਮਾੜੀ ਮਾੜੀ ਹੋ ਜਾਂਦੀ ਹੁੰਦੀ ਆ ਬਫਰਿੰਗ ਕਦੇ ਕਦੇ ਹੋ ਜਾਂਦੀ ਹੁੰਦੀ ਆ ਟੈਨਸ਼ਨ ਨਹੀਂ ਲੈਣੀ ਹੈਪੀ ਸਕੀਮ ਬੱਚੋ ਕਿਹਨਾਂ ਨੇ ਲਾਂਚ ਕੀਤੀ ਸੀ ਹਰਿਆਣਾ ਅੰਤਯੋਧਿਆ ਪਰਿਵਾਰ ਪਰਿਵਹਨ ਯੋਜਨਾ ਕੀ ਨਾਮ ਸੀ ਹਰਿਆਣਾ ਹਰਿਆਣਾ ਦੀ ਰਾਜ ਸਰਕਾਰ ਨੇ ਬੱਚੇ ਇਹ ਸਕੀਮ ਲਾਂਚ ਕੀਤੀ ਸੀ ਜਿਹਦੇ ਵਿੱਚ ਕਰਨਾ ਕੀ ਸੀ 1000 ਕਿਲੋਮੀਟਰ ਤੱਕ ਦਾ ਫ੍ਰੀ ਟਰੈਵਲ ਕਰਵਾਉਣਾ ਸੀ ਕਿਨਾਂ ਨੂੰ ਅੰਤਯੋਧਿਆ ਲੋਕਾਂ ਨੂੰ ਅੰਤਯੋਧਿਆ ਲੋਕਾਂ ਨੂੰ ਉਹ ਲੋਕ ਨੇ ਬੱਚੋ ਜਿਹੜੇ ਗਰੀਬ ਨੇ ਜਿਨ੍ਹਾਂ ਦੀ ਐਨੂਅਲ ਇਨਕਮ 1 ਲੱਖ ਤੋਂ ਘੱਟ ਹੈ ਉਹਨਾਂ ਵਾਸਤੇ ਇਹ ਲਾਂਚ ਕੀਤਾ ਗਿਆ ਸੀ ਬੱਚੋ ਠੀਕ ਹੈ ਜੀ ਸ਼ਾਬਾਸ਼ ਬਹੁਤ ਵਧੀਆ ਜੀ ਅੱਗੇ ਚੱਲਦੇ ਆਂ ਫਿਰ ਆਪਾਂ ਅਗਲਾ ਸਵਾਲ ਤੁਹਾਡੇ ਤੋਂ ਪੁੱਛਾਂਗੇ ਜਰੂਰ ਪੁੱਛਾਂਗੇ ਜੀ ਲਓ ਜੀ ਮੈਨੂੰ ਦੱਸਿਓ ਜੀ 32ਵਾਂ ਮੈਂਬਰ ਕੌਣ ਬਣਿਆ ਨਾਟੋ ਦਾ 32nd ਮੈਂਬਰ ਕੌਣ ਬਣਿਆ ਨਾਟੋ ਦਾ ਫਟਾਫਟ 32nd ਮੈਂਬਰ ਆਫ ਨਾਟੋ ਵੈਰੀ ਗੁੱਡ ਲਾਓ ਜੀ ਕਿਹੜਾ ਹੋ ਸਵਿਟਜ਼ਰਲੈਂਡ ਹੈ ਵੈਰੀ ਗੁੱਡ ਕੀ ਨਾਮ ਦੱਸ ਸਵੀਡਨ ਕੋਈ ਗੈ ਨਹੀਂ ਲਖਵਿੰਦਰ ਸ਼ਰਮਾ ਕਦੇ ਕਦੇ ਜਿਹੜੀ ਹੋ ਜਾਂਦੀ ਹੁੰਦੀ ਹੈ ਇਹਦੇ ਵਿੱਚ ਆਪਣੇ ਕੀ ਕਹਿੰਦੇ ਹੁੰਦੇ ਇਹਨੂੰ ਔਰ ਬਫਰਿੰਗ ਉਹਨੂੰ ਚੱਕਰ ਨਾਲ ਕਰੋ ਤੁਸੀਂ ਸਵੀਡਨ ਇਜ਼ ਦਾ ਕਰੈਕਟ ਆਪਸ਼ਨ ਸਵੀਡਨ ਕੰਟਰੀ ਹੈ ਬੱਚਿਓ ਜਿਹੜੀ ਕਿ 32nd ਮੈਂਬਰ ਬਣੀ ਹੈ ਆਪਣੀ ਆਪਣੀ ਨਾਟੋ ਦੀ ਯਾਦ ਰੱਖੋਗੇ ਲੋ ਜੀ ਮੈਨੂੰ ਦੱਸਿਓ ਜੀ ਕੁੜੀਆਂ ਦੀ ਸ਼ੋਏ ਬਖਤਰ ਦਾ ਨਾਮ ਕੀ ਆ ਜਿਹਨੇ 132 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਮਾਰੀ ਸੀ ਕੁੜੀਆਂ ਦੀ ਸ਼ੋਏ ਬਖਤਰ ਦਾ ਨਾਮ ਕੀ ਆ ਦੱਸਿਓ ਜੀ ਨਹੀਂ ਇਹਦੇ ਚ ਸਾਡਾ ਕੋਈ ਹੈਗਾ ਨਹੀਂ ਰਿਜ਼ੋਲ ਕਰਨ ਵਾਲਾ ਬੱਚੇ ਇਹ ਉੱਪਰੋਂ ਹੀ ਹੁੰਦਾ ਹੁੰਦਾ ਇਹ ਸਾਡਾ ਕੁਝ ਹੈ ਨਹੀਂ ਸ਼ਬਨਮ ਇਸਮਾਇਲ ਵੈਰੀ ਗੁੱਡ ਜੀ ਕੀ ਨਾਮ ਹੈ ਸ਼ਬਨਮ ਇਸਮਾਇਲ ਬੋਲਰ ਹੈ ਜੀ ਬੋਲਰ ਤਕੜੀ ਬੋਲਰ ਹੈ ਜੀਨੇ 132 ਕਿਲੋਮੀਟਰ ਪ੍ਰਤੀ ਆਰ ਦੀ ਸਪੀਡ ਦੇ ਨਾਲ ਬਾਲ ਸਿੱਟੀ ਸੀ ਬੱਚਿਓ ਯਾਦ ਰੱਖੋਗੇ ਹੁਣ ਦੱਸੋ ਮੈਨੂੰ ਰਾਈਟ ਟੂ ਡਿਸੈਂਟ ਰਾਈਟ ਟੂ ਡਿਸੈਂਟ ਇਹ ਬੱਚਿਓ ਤੁਸੀਂ ਕਿਹੜੇ ਆਰਟੀਕਲ ਦੇ ਵਿੱਚ ਪੜ੍ਹਦੇ ਹੋ ਇਹ ਕਿਹੜੇ ਆਰਟੀਕਲ ਦੇ ਵਿੱਚ ਕਵਰ ਕੀਤਾ ਹੈ ਸੁਪਰੀਮ ਕੋਰਟ ਨੇ ਇਹਦੇ ਬਾਰੇ ਜਿਹੜੀ ਹੈ ਜੱਜਮੈਂਟ ਦਿੱਤੀ ਸੀ ਵੀ ਰਾਈਟ ਟੂ ਡਿਸੈਂਟ ਜਿਹੜਾ ਹੈ ਜ਼ਰੂਰੀ ਹੈ ਤੇ ਹਰੇਕ ਜੇ ਕੋਈ ਸਰਕਾਰ ਦੀ ਆਲੋਚਨਾ ਕਰਦਾ ਤਾਂ ਉਹ ਜ਼ਰੂਰੀ ਨਹੀਂ ਉਹ ਕਰਾਈ ਨਹੀਂ ਹੋਵੇ ਆਰਟੀਕਲ 19 1 ਕਿਹੜਾ ਸੀਗਾ ਇਹ ਆਰਟੀਕਲ 19 ਤੇ 1 ਲੋ ਜੀ ਹੁਣ ਮੈਨੂੰ ਦੱਸਿਓ ਜੀ ਪਾਰਲੀਮੈਂਟ ਪ੍ਰਿਵਿਲੇजेस ਦਾ ਆਰਟੀਕਲ ਪਾਰਲੀਮੈਂਟ ਪ੍ਰਿਵਿਲੇजेस ਪਾਰਲੀਮੈਂਟ ਪ੍ਰਿਵਿਲੇजेस ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ギਵਨ ਨੇ ਐਮਪੀਸ ਵਾਸਤੇ ਕਿਹੜਾ ਆਰਟੀਕਲ ਹੈ ਤੇ ਐਮਐਲਏਸ ਵਾਸਤੇ ਕਿਹੜਾ ਆਰਟੀਕਲ ਹੈ ਫਟਾਫਟ ਲਾਓ ਇਹਦਾ ਆਨਸਰ ਜੀ ਸ਼ਾਬਾਸ਼ ਜੀ 105 ਐਮਪੀਸ ਵਾਸਤੇ ਹੈ ਤੇ 194 ਕਿਹਦੇ ਵਾਸਤੇ ਹੈ ਜੀ ਐਮਐਲਏਸ ਵਾਸਤੇ ਹੈ ਬਹੁਤ ਵਧੀਆ ਬੱਚਿਓ ਵੈਰੀ ਗੁੱਡ ਜੀ ਲੋ ਜੀ ਗੁੱਡਾ ਮਾਮਲਾ ਚਲੋ ਉਪਰ ਅਗਲੇ ਨਿਊਜ਼ ਤੇ ਚੱਲੀਏ ਸਵਾਲ ਪੁੱਛੇ ਜਾਣਗੇ ਤੁਹਾਡੇ ਤੋਂ ਐਵੇਂ ਹੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜੀ ਅਰਨਾਚਲ ਪ੍ਰਦੇਸ਼ ਵਿੱਚ ਗਏ ਹੋਏ ਸੀ ਤਾਂ ਉੱਥੇ ਇਹਨਾਂ ਨੇ ਦੋ ਪ੍ਰੋਜੈਕਟ ਕੀਤੇ ਨੇ ਲਾਂਚ ਇੱਕ ਤਾਂ ਇਹਨਾਂ ਨੇ ਬੱਚਿਓ ਸੇਲਾ ਟਨਲ ਜਿਹੜੀ ਹੈ ਲਾਂਚ ਕੀਤੀ ਹੈ ਸੇਲਾ ਟਨਲ ਠੀਕ ਹੈ ਜੀ ਇੱਕ ਬੱਚਿਓ ਇਹਨਾਂ ਨੇ ਅਸਾਮ ਦੇ ਵਿੱਚ ਜਿਹੜਾ ਕੀਤਾ ਇੱਕ ਬੁੱਤ ਲਾਂਚ ਅਸਾਮ ਦੇ ਵਿੱਚ ਕਿਹਦਾ ਬੁੱਤ ਲੱਗਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਨਾ ਬੀਰ ਲਚਿਤ ਬਾਰਫੁਕਮ ਉਹਨਾਂ ਦਾ ਬੁੱਤ ਲਾਂਚ ਕੀਤਾ ਤੇ ਦੂਜਾ ਇਹਨਾਂ ਨੇ ਬੱਚੇ ਸੇਲਾ ਟਨਲ ਜਿਹੜੀ ਹੈ ਲਾਂਚ ਕੀਤੀ ਹੈ ਆਪਣੇ ਦੁਨੀਆ ਦੀ ਸਭ ਤੋਂ ਲੰਬੀ ਬਾਈ ਲੇਨ ਪ੍ਰੋਜੈਕਟ ਹੈ ਜੀ ਇਹ ਠੀਕ ਹੈ ਜੀ ਬਾਈ ਲੇਨ ਪ੍ਰੋਜੈਕਟ ਹੈ ਯਾਦ ਰੱਖਣਾ ਜੀ ਇਹ ਸੇਲਾ ਟਨਲ ਨੂੰ ਹੈ ਨੇਸ਼ਨ ਨੂੰ ਜਿਹੜਾ ਹੈ ਡੈਡੀਕੇਟ ਕਰ ਦਿੱਤਾ ਗਿਆ ਅੰਡਰ ਦਾ ਵਿਕਸਿਤ ਭਾਰਤ ਵਿਕਸਿਤ ਨਾਰਥ ਈਸਟ ਪ੍ਰੋਗਰਾਮ ਈਟਾ ਨਗਰ ਦੇ ਵਿੱਚ ਇਹ ਜਿਹੜਾ ਹੈ ਇਹਨਾਂ ਨੇ ਡੈਡੀਕੇਟ ਕੀਤਾ ਲੋ ਜੀ ਇਹ ਜਿਹੜਾ ਬਿਲਡ ਇਹ ਜਿਹੜੀ ਟਨਲ ਹੈ ਬੱਚੋ ਤੇਜਪੁਰ ਨੂੰ ਤਵਾੰਗ ਡਿਸਟ੍ਰਿਕਟ ਨਾਲ ਜੁੜੂਗੀ ਇਨ ਦਾ ਵੈਸਟ ਕਾਮਿੰਗ ਡਿਸਟ੍ਰਿਕਟ ਆਫ ਅਰੁਣਾਚਲ ਪ੍ਰਦੇਸ਼ 13000 ਫੀਟ ਦੀ ਉਚਾਈ ਤੇ ਹੈ ਕੰਸਟਰਕਸ਼ਨ ਕੋਸਟ ਉੱਤੇ ਲੱਗ ਗਿਆ 825 ਕਰੋੜ ਰੁਪਈਆ ਸੇਲਾ ਟਨਲ ਨੂੰ ਯਾਦ ਰੱਖਣਾ ਬੱਚੇ ਤੁਸੀਂ ਇਹਦੇ ਵਿੱਚ ਦੋ ਜਿਹੜੇ ਹੈ ਦੋ ਟਨਲਾਂ ਨੇ ਇੱਕ ਇੱਕ ਕਿਲੋਮੀਟਰ ਦੀ ਹੈ ਇੱਕ ਡੇਢ ਕਿਲੋਮੀਟਰ ਦੀ ਹੈ ਹਨਾ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਡੈਂਸਿਟੀ ਰੱਖੀ ਗਈ ਹੈ ਕਹਿੰਦੇ 3011 ਤੇ 2000 ਟਰੱਕਸ ਪਰ ਡੇ ਦੇ ਹਿਸਾਬ ਨਾਲ ਜਿਹੜੀ ਹੈ ਐਸੀ ਇਹਦੇ ਵਿੱਚ ਟ੍ਰੈਫਿਕ ਨੂੰ ਮੈਨੇਜ ਕਰਾਂਗੇ ਮੈਕਸਿਮਮ ਸਪੀਡਰ ਹੋਊਗੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਇਹ ਬੱਚਿਓ ਪਿਆ ਥੋੜਾ ਤਵਾੰਗ ਤਵਾੰਗ ਦੇਖੋਗੇ ਤੁਸੀਂ ਇੰਟਰਨੈਸ਼ਨਲ ਬਾਰਡਰ ਚਾਈਨਾ ਨਾਲ ਬਹੁਤ ਨਜ਼ਦੀਕ ਹੈ ਤਵਾੰਗ ਬਹੁਤ ਹੀ ਸਟ੍ਰੈਟੇਜੀਕਲੀ ਇੰਪੋਰਟੈਂਟ ਏਰੀਆ ਹੈ ਸੇਲਾ ਟਨਲ ਬਣਾਈ ਗਈ ਹੈ ਇੱਥੇ ਇਹ ਹੁਣ ਐਵੇਂ ਨਹੀਂਗਾ ਵੀ ਹਾਂ ਜਿਉਂ ਸਰਦੀਆਂ ਆ ਗਿਆ ਬਰਫ ਕਰਕੇ ਤਾਂ ਬੰਦ ਹੋ ਜਾਊਗਾ ਨੋ ਇਹ 올 ਵੈਦਰ ਐਕਸੈਸ ਦੇਊਗੀ ਤਵਾੰਗ ਡਿਸਟ੍ਰਿਕਟ ਤੱਕ ਤਾਂ ਜ਼ਰੂਰੀ ਹੈ ਬੱਚੇ ਇਹ ਤੁਹਾਡੇ ਲਈ ਯਾਦ ਰੱਖਣਾ ਸੇਲਾ ਟਨਲ ਠੀਕ ਹੈ ਜੀ ਸ਼ਾਬਾਸ਼ ਜੀ ਹੂੰ ਰਸ਼ਪਾਲ ਛੱਡ ਪਰੇ ਯਾਰ ਆਹ ਕਾਦੇ ਵਾਸਤੇ ਪੁੱਛੀ ਜਾ ਰਹੇ ਯਾਰ ਤੂੰ ਦੱਸ ਕਮਾਲ ਹੈ ਯਾਰ ਜੇ ਤੈਨੂੰ ਪਤਾ ਅਗਲਾ ਕੋਈ ਆਨਸਰ ਨਹੀਂ ਦੇ ਰਿਹਾ ਹੂੰ ਐਨਾ ਕਰੋ ਲੋ ਜੀ ਹੁਣ ਮੇਰਾ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ ਇੱਕ ਇੱਕ ਟਨਲ ਆਪਾਂ ਨੇ ਕੀਤੀ ਸੀ T50 ਟਨਲ ਤੁਸੀਂ ਮੈਨੂੰ ਦੱਸੋਗੇ ਕੰਟਰੀ ਦੀ ਲੋਂਗੇਸਟ ਟਨਲ ਸੀ ਇਹ T50 ਟਨਲ ਇਹ ਕਿੱਥੇ ਲਾਂਚ ਕੀਤੀ ਗਈ ਸੀ T50 ਟਨਲ ਕਿੱਥੇ ਕਿੱਥੇ ਕੀਤੀ ਗਈ ਸੀ ਲਾਂਚ ਦੱਸਿਓ ਜੀ ਵੈਰੀ ਗੁੱਡ बहुत वाइया टी पलर ओ हुगली रिवर अड्ड सी बच्चे वैरी गुड जी जम्मू एंड कश्मीर जम्मू एंड कश्मीर इज़ द करैक्ट ऑप्शन ठीक है जी जम्मू एंड कश्मीर इज द करैक्ट ऑप्शन बच्चे बहुत वधिया लो जी नहीं बच्चे अपना ਇਹ ਅਰਨਾਚਲ ਪ੍ਰਦੇਸ਼ ਦੇ ਵਿੱਚ ਐਸ ਵਿਟੂ ਯਾਦ ਰੱਖੀ ਠੀਕ ਹੈ ਜੀ ਚਲੋ ਜੀ ਹੁਣ ਮੈਂ ਅੱਗੇ ਚੱਲਦਾ ਤੁਹਾਡੇ ਲਈ ਅੱਗੇ ਚੱਲਦੇ ਹਾਂ ਤੇ ਅੱਗੇ ਇਹਨਾਂ ਨੇ ਇੱਕ ਕੀਤਾ ਜੀ 125 ਫੁੱਟ ਲੰਬਾ ਸਟੈਚੂ ਲਚਿਤ ਬੌਰਫੁਕਮ ਦਾ ਵੀਰ ਲਚਿਤ ਬੌਰਫੁਕਮ ਦਾ ਇਹਨਾਂ ਨੇ ਬੁੱਤ ਲਾਂਚ ਕੀਤਾ ਤੇ ਇਹ ਵੀਰ ਲਚਿਤ ਬੌਰਫੁਕਮ ਤੁਹਾਨੂੰ ਪਤਾ ਹੈ ਅਸਾਮ ਦਾ ਹੋਮ ਕਿੰਗਡਮ ਸੀ ਉਹਦਾ ਇੱਕ ਜਰਨਲ ਸੀ 1671 ਦੇ ਵਿੱਚ ਬੈਟਲ ਆਫ ਸਰਾਇਗਹਾੜ ਸੀ ਮੁਗਲਾਂ ਨੂੰ ਢੂੜ ਚਟਾਤੀ ਸੀ ਇਸ ਬੰਦੇ ਨੇ ਇਹਦਾ ਰੀਸੈਂਟਲੀ ਬੁੱਕ ਵੀ ਲਾਂਚ ਕੀਤੀ ਗਈ ਸੀ ਤਾਂ ਇਹਦਾ ਵੀ ਉਦਘਾਟਨ ਇਹਨਾਂ ਨੇ ਕਰ ਦਿੱਤਾ ਹੈ ਅਸਾਮ ਦੇ ਵਿੱਚ ਕੀਤਾ ਬੱਚੇ ਦਾ ਉਦਘਾਟਨ ਯਾਦ ਰੱਖਣਾ ਹੈ ਤੇ ਸਟੈਚੂ ਦਾ ਕੀ ਨਾਮ ਰੱਖਿਆ ਗਿਆ ਦਾ ਸਟੈਚੂ ਆਫ ਬਲੋਰ ਕੀ ਨਾਮ ਰੱਖਿਆ ਗਿਆ ਸਟੈਚੂ ਆਫ ਬਲੋਰ ਯਾਦ ਰੱਖੋਗੇ ਬੀਰ ਲਚਿਤ ਬੋਰਫੁਕਮ ਦੇ ਨਾਮ ਉੱਤੇ ਵੈਰੀ ਗੁੱਡ ਜੀ ਲੋ ਜੀ ਸੋ ਇਹ ਖਤਮ ਹੋ ਗਈ ਹੈ ਨਿਊਜ਼ ਹੁਣ ਤੁਸੀਂ ਮੈਨੂੰ ਦੱਸੋਗੇ ਸਟੈਚੂ ਆਫ ਸੋਸ਼ਲ ਜਸਟਿਸ ਕਿੱਥੇ ਹੈ ਸਟੈਚੂ ਆਫ ਸੋਸ਼ਲ ਜਸਟਿਸ ਕਿੱਥੇ ਹੈ ਜੀ ਤੇ ਕਿਹਦੇ ਉੱਤੇ ਇਹ ਬਣਾਇਆ ਗਿਆ ਲੋ ਜੀ ਦੱਸੋ ਜੀ ਸਟੈਚੂ ਆਫ ਸੋਸ਼ਲ ਜਸਟਿਸ ਕਿੱਥੇ ਹੈ ਤੇ ਕਿਹਦੇ ਉੱਤੇ ਬਣਾਇਆ ਗਿਆ आंध्र तो प्रदेश डॉक्टर बी आर अंबेदकर शाबासी बिल्कुल एगजैक्ट जो देखे जाए तो विजयवाड़ा हो गया एम पी अम्बरेश्वर च आदि शंकराचार्य वैरी गुड गुड मॉर्निंग मानव लूणा जी बड़ी लेट आ रहे हैं यार दो तब यार है बी आर ਅੰਬੇਦਕਰ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਹੈ ਸੋਸ਼ਲ ਜਸਟਿਸ ਲਾਇਆ ਗਿਆ ਸਟੈਚੂ ਸੋਸ਼ਲ ਜਸਟਿਸ ਕਿੱਥੇ ਵਿਜੇਵਾੜਾ ਦੇ ਵਿੱਚ ਵਿਜੇਵਾੜਾ ਵਿਜੇਵਾੜਾ ਕਿੱਥੇ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਕਿੱਥੇ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਸਟੈਚੂ ਆਫ ਵਨ ਐਸ ਦੀ ਗੱਲ ਕਰਾਂ ਤਾਂ ਕਿੱਥੇ ਬੱਚੇ ਐਮਪੀ ਦੇ ਵਿੱਚ ਹੈ ਐਮਪੀ ਦੇ ਵਿੱਚ ਕਿੱਥੇ ਓਮ ਕਰੇਸ਼ਵਰ ਓਮ ਕਰੇਸ਼ਵਰ ਦੇ ਵਿੱਚ ਹੈ ਤੇ ਕਿਹਦੇ ਉੱਤੇ ਲਾਇਆ ਗਿਆ ਜੀ ਇਹ ਆਦੀ ਸ਼ੰਕਰਾਚਾਰਿਆ ਜੀ ਦੇ ਆਦੀ ਸ਼ੰਕਰਾਚਾਰਿਆ ਜੀ ਦੇ ਉੱਤੇ ਇਹਨੂੰ ਜਿਹੜਾ ਹੈ ਬਣਾਇਆ ਗਿਆ ਬੱਚਿਓ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਲੋ ਜੀ ਹੁਣ ਅਗਲਾ ਸਵਾਲ ਤੁਹਾਡੇ ਤੋਂ ਪੁੱਛਾਂਗੇ ਜੀ ਮੈਨੂੰ ਦੱਸਿਓ ਜੀ 97th ਮੈਂਬਰ ਬਣਿਆ ਹੈ ਇੰਟਰਨੈਸ਼ਨਲ ਸੋਲਰ ਅਲਾਈਅንስ ਦਾ ਉਹ ਕੌਣ ਹੈ ਕਿਹੜੀ ਕੰਟਰੀ ਬਣੀ ਹੈ 97th ਮੈਂਬਰ ਆਫ ਇੰਟਰਨੈਸ਼ਨਲ ਸੋਲਰ ਅਲਾਈਅንስ ਫਟਾਫਟ ਲਾਓ ਤੇ ਇਹਦਾ ਆਨਸਰ ਰਾਦੇ ਰਾਦੇ ਬਿਲਕੁਲ ਜੀ ਪਨਾਮਾ ਪਨਾਮਾ ਕੰਟਰੀ ਹੈ ਜੀ ਨਮਾ ਕੰਟਰੀ ਨੇ ਇਹਨੂੰ ਜਿਹੜਾ ਹੈ 97th ਅਫੀਸ਼ੀਅਲ ਮੈਂਬਰ ਬਣਿਆ ਸਾਡੇ ਕੀਦਾ ਜੀ ਇੰਟਰਨੈਸ਼ਨਲ ਸੋਲਰ ਅਲਾਈਐਂਸ ਦਾ ਯਾਦ ਰੱਖੋਗੇ ਜੇ ਤੁਹਾਡੇ ਤੋਂ ਪੁੱਛ ਲਵਾਵੇ ਇੰਟਰਨੈਸ਼ਨਲ ਸੋਲਰ ਅਲਾਈਐਂਸ ਦਾ ਡਾਇਰੈਕਟਰ ਜਨਰਲ ਕੌਣ ਹੈ ਤਾਂ ਯਾਦ ਰੱਖਣਾ ਅਜੇ ਮਾਥੁਰ ਹੈ ਅਜੇ ਮਾਥੁਰ ਹੈ ਠੀਕ ਹੈ ਜੀ ਚਲੋ ਜੀ ਆਜੋ ਅਗਲੇ ਨਿਊਜ਼ ਆਰਟੀਕਲ ਤੇ ਚੱਲੀਏ ਅਗਲੇ ਨਿਊਜ਼ ਆਰਟੀਕਲ ਦੇ ਵਿੱਚ ਜ਼ਿਕਰ ਹੋ ਰਿਹਾ ਬੱਚੇ ਜੇਮੀ ਐਂਡਰਸਨ ਜੇਮਸ ਐਂਡਰਸਨ ਬਹੁਤ ਹੀ ਤਕੜਾ ਗੇਂਦਬਾਜ਼ ਕਾਫੀ ਵਧੀਆ ਲੱਗਦਾ ਮੈਨੂੰ ਉਹ ਇੰਗਲੈਂਡ ਦਾ ਪਲੇਅਰ ਹੈ ਤੇ ਫਰਸਟ ਪੇਸ जिने 700 विकेटਾਂ ਬੱਚਿਓ ਹਾਸਲ ਕਰ ਲਿਆ ਨੇ 700 ਵਿਕਟਸ ਆਪਨੇ ਟੈਸਟ ਕਰੀਅਰ ਦੇ ਵਿੱਚ ਇਹਨਾਂ ਨੇ ਅਚੀਵ ਕਰ ਲਿਆ ਨੇ 187 ਮੈਚਸ ਖੇਡੇ ਨੇ ਤੇ 700 ਵਿਕਟਾਂ ਅਚੀਵ ਕਰਨ ਵਾਲਾ ਪਹਿਲਾ ਫਾਸਟ ਬੋਲਰ ਹੈ ਜਾਤ ਤਰ ਜਿੰਨੇ ਵਿਕਟਾਂ ਲੈਂਤੀਆਂ ਨੇ ਬੱਚਿਓ ਜਾਤ ਤਰ ਜਿਹੜੇ ਵਿਕਟ ਟੇਕਰਸ ਨੇ ਉਹ ਸਾਰੇ ਸਪਿਨਰਸ ਨੇ ਜੇ ਦੇਖੋਗੇ ਮੁਥਈਆ ਮੁਰਲੀਧਰ ਨੇ 133 ਮੈਚਾਂ 'ਚ 800 ਵਿਕਟਾਂ ਲਈ ਬੈਠਾ ਹੈ ਸ਼ੇਨ ਵਾਨ 145 708 ਲਈ ਬੈਠਾ ਹੈ ਤੀਜੇ ਨੰਬਰ ਤੇ ਬੱਚਿਓ ਜੇਮਸ ਐਂਡਰਸਨ ਆ ਗਿਆ 187 ਮੈਚ ਤੇ 700 ਵਿਕਟਾਂ ਵੈਰੀ ਗੁੱਡ ਪਲੇਅਰ ਯਾਰਾ ਅਨਿਲ ਕੁੰਬਲੇ ਫਿਰ ਆਗੇ 132 619 ਫਿਰ ਥੱਲੇ ਆਪਣਾ ਜਿਹੜਾ ਹੈ 4 5 6 7 8 9ਵੇਂ ਨੰਬਰ ਤੇ ਆਪਣਾ ਜਿਹੜਾ ਅਸ਼ਵਿਨ ਹੈ 100 ਮੈਚਾਂ 'ਚ 511 ਵਿਕਟਾਂ ਦੇ ਨਾਲ ਸੋ ਜੇਮਸ ਐਂਡਰਸਨ ਇੰਗਲੈਂਡ ਦੇ ਖਿਲਾਫ ਇੰਗਲੈਂਡ ਦਾ ਪਲੇਅਰ ਹੈ ਜੀ ਇਹ ਇੰਡੀਆ ਦੇ ਖਿਲਾਫ ਖੇលਦੇ ਹੋਏ ਇਹਨਾਂ ਨੇ 700 ਵਿਕਟਾਂ ਜਿਹੜੀਆਂ ਨੇ ਅਚੀਵ ਕਰ ਲਿਆ ਨੇ 700ਵੀਂ ਵਿਕਟ ਇਹਦੀ ਕਿਹਦੀ ਸੀਗੀ ਕੁਲਦੀਪ ਯਾਦਵ ਦੀ ਸੀ ਇੰਡੀਆ ਤੇ ਇੰਗਲੈਂਡ ਦਾ ਬੱਚਿਓ ਮੈਚ ਚੱਲ ਰਿਹਾ ਟੈਸਟ ਸੀਰੀਜ਼ ਉਹਦੇ ਵਿੱਚੋਂ 4-1 ਦੇ ਨਾਲ ਅਸੀਂ ਇਹਨਾਂ ਨੂੰ ਹਰਾ ਵੀ ਦਿੱਤਾ ਹੈ ਤਾਂ ਇਹ ਵੀ ਜਿਹੜਾ ਹੈ ਤੁਸੀਂ ਯਾਦ ਰੱਖਣਾ ਜੇਮੀ ਐਂਡਰਸਨ ਯਸ ਤੇ ਯਸ ਕਰਾਉਣਾ ਪੂਰੀ ਲੋ ਜੀ ਬਿਲਕੁਲ ਜੀ ਸ਼ੇਨ ਵੌਨ ਦੀ ਜਿਹੜੀ ਆਟੋ ਬਾਇਓਗ੍ਰਾਫੀ ਸੀਗੀ ਤੁਸੀਂ ਦੱਸ ਰਹੇ ਨੇ ਬੱਚੇ ਸ਼ੇਨ ਵੌਨ ਦੀ ਆਟੋ ਬਾਇਓਗ੍ਰਾਫੀ ਸੀ ਕਿਹੜੀ ਸੀ ਸ਼ੇਨ ਵੌਨ ਦੀ ਆਟੋ ਬਾਇਓਗ੍ਰਾਫੀ ਸ਼ੇਨ ਵੌਨ ਦੀ ਆਟੋ ਬਾਇਓਗ੍ਰਾਫੀ ਸੀਗੀ ਬੱਚਿਓ ਨੋ ਸਪਿਨ ਕਿਹੜੀ ਸੀ ਨੋ ਸਪਿਨ ਕੁੰਬਲੇ ਦੀ ਕਿਹੜੀ ਸੀ ਅਨਿਲ ਕੁੰਬਲੇਦੀ ਅਨਿਲ ਕੁੰਬਲੇਦੀ ਕਿਹੜੀ ਸੀ ਅਨਿਲ ਕੁੰਬਲੇ ਸਟ੍ਰੈਟੇਜੀ ਕੀ ਕਰਾਇਆ ਤੁਨੂੰ ਇਹ ਵਾਈਡ ਐਂਗਲ ਵਾਈਡ ਐਂਗਲ ਮੁਥਈਆ ਮੁਰਲੀ ਧਰਨ ਦੀ ਮੁਥਈਆ ਮੁਰਲੀ ਧਰਨ ਦੀ ਕਿਹੜੀ ਸੀ 800 ਠੀਕ ਹੈ ਜੀ ਸੋ ਇਹ ਗੱਲਾਂ ਯਾਦ ਰੱਖਣੀਆਂ ਨੇ ਤੁਸੀਂ ਨੇ ਚੱਲ ਮੇਰੇ ਭਰਾ ਸੋ ਇਹ ਨਿਊਜ਼ ਤਾਂ ਸਿੰਪਲ ਜੀ ਖਤਮ ਹੋ ਜਾਂਦੀ ਹੈ ਆਜੋ ਅਗਲੇ ਚੱਲੀਏ ਤੇ ਹੁਣ ਤੁਸੀਂ ਮੈਨੂੰ ਦੱਸੋਗੇ ਉਹ ਕਿਹੜੀ ਸਰਕਾਰ ਹੈ ਜਿਨੇ ਇੱਕ ਸਕੀਮ ਲਾਂਚ ਕੀਤੀ ਹੈ ਵਿਧਵਾ ਪ੍ਰੋਤਸਾਹਨ ਯੋਜਨਾ ਵਿਧਵਾ ਪ੍ਰੋਤਸਾਹਨ ਯੋਜਨਾ ਕਿਨੇ ਲਾਂਚ ਕੀਤੀ ਹੈ ਜੀ ਵਿਧਵਾ ਪੁਨਰ ਵਿਵਾਹ ਪੁਨਰ ਵਿਵਾਹ ਪ੍ਰੋਤਸਾਹਨ ਯੋਜਨਾ ਦੱਸੋ ਜੀ ਕਿੰਨਾ ਨੇ ਲਾਂਚ ਕੀਤੀ ਹੈ ਜੀ ਇਹ ਕਿਹੜੀ ਸਰਕਾਰ ਨੇ ਲਾਂਚ ਕੀਤੀ ਹੈ ਉਹ ਕਿਹੜੇ ਰਾਜ ਦੀ ਸਰਕਾਰ ਹੈ ਜਿਹਦਾ ਸੀਐਮ ਕੌਣ ਹੈ ਇਹ ਵੀ ਦੱਸ ਦਿਓ ਨਾਲ ਹੀ ਝਾਰਖੰਡ ਦੀ ਸਰਕਾਰ ਹੈ ਬਹੁਤ ਵਧੀਆ ਜੀ ਝਾਰਖੰਡ ਦੀ ਸਰਕਾਰ ਹੈ ਜੀ ਕੀ ਰਿਹਾ ਜੀ ਇਹ ਝਾਰਖੰਡ ਝਾਰਖੰਡ ਦਾ ਸੀਐਮ ਕੌਣ ਹੈ ਇਹ ਵੀ ਦੱਸ ਦਿਓ ਜੀ ਝਾਰਖੰਡ ਦਾ ਹੈਗਾ ਚੰਪਾਏ ਸੋਰਨ ਜੰਪ ਆਏ ਸੁਰੇਨ ਇਹਦਾ ਜਿਹੜਾ ਹੈ ਸੀਐਮ ਹੈਗਾ ਬੱਚਿਓ ਵੈਰੀ ਗੁੱਡ ਬੱਚਿਓ ਬਹੁਤ ਵਧੀਆ ਜੀ ਗੁੱਡ ਹੈ ਮਾਮਲਾ ਤੁਹਾਡਾ ਪੂਰਾ ਬੈਸਟ ਹੈ ਲੋ ਜੀ ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਜੀ ਕਹਿੰਦੇ ਜੀ ਇੱਕ ਬੌਬ ਜੋਨਸ ਅਵਾਰਡ ਹੈ ਬੌਬ ਜੋਨਸ ਅਵਾਰਡ ਇਹ ਕਿਹਨੂੰ ਦਿੱਤਾ ਗਿਆ ਬੌਬ ਜੋਨਸ ਅਵਾਰਡ ਕਿਹਨੂੰ ਦਿੱਤਾ ਗਿਆ ਜਿਹੜਾ ਕਿ ਦਿੱਤਾ ਜਾਂਦਾ ਹੈ ਯੂਨਾਈਟਿਡ ਸਟੇਟਸ ਆਫ ਜਨਰਲ ਅਸੈਂਬਲੀ ਯੂਨਾਈਟਿਡ ਸਟੇਟਸ ਆਫ ਗੋਲਫ ਐਸੋਸੀਏਸ਼ਨ ਵੱਲੋਂ ਕੀ ਨਾਮ ਹੈ ਉਹਦਾ ਤਾਂ ਯਾਦ ਰੱਖੋਗੇ ਟਾਈਗਰ ਵਾਰਡਸ ਕੀ ਨਾਮ ਹੈ ਟਾਈਗਰ ਤੇ ਵਾਰਡਸ ਚਲੋ ਜੀ ਡਨ ਹੈ ਮਾਮਲਾ ਚਲੋ ਅੱਗੇ ਚੱਲੀਏ ਫਿਰ ਆਪਾਂ ਅੱਗੇ ਚੱਲਦੇ ਹਾਂ ਅਗਲੇ ਨਿਊਜ਼ ਆਰਟੀਕਲ ਤੇ ਜਿੱਥੇ ਜ਼ਿਕਰ ਹੋ ਰਿਹਾ 71st ਮਿਸ ਵਰਲਡ ਦਾ 71st ਮਿਸ ਵਰਲਡ ਜਿਹੜੇ ਨੇ ਉਹ ਅਨਾਉਂਸ ਹੋ ਚੁੱਕੇ ਨੇ ਇਹ ਚੈੱਕ ਰਿਪਬਲਿਕ ਦੀ ਬੱਚੇ ਇਹ ਕੁੜੀ ਹੈ 71st ਮਿਸ ਯੂਨੀਵਰਸ ਬਣ ਚੁੱਕੇ ਨੇ ਚੈੱਕ ਰਿਪਬਲਿਕ ਤੋਂ ਮਿਸ ਵਰਲਡ ਸੌਰੀ ਦੇਖੋ ਜੀ ਇਹਨਾਂ ਦੀ ਫੋਟੋ ਤੁਸੀਂ ਦੇਖ ਲਈ ਆ ਤੇ ਇਹਨਾਂ ਦਾ ਨਾਮ ਕੀ ਹੈ ਜੀ ਨਾਮ ਹੈਗਾ ਜੀ ਇਹਨਾਂ ਦਾ ਕ੍ਰਿਸਟਾਇਨਾ ਪਿਜ਼ਕੋਵਾ ਕ੍ਰਿਸ ਟਾਇਨਾ ਪਿਸਕੋਵਾ ਜੀ ਚੈੱਕ ਰਿਪਬਲਿਕ ਤੋਂ ਬਣ ਚੁੱਕੇ ਨੇ ਨਵੇਂ ਮਿਸ ਵਰਲਡ 9 ਮਾਰਚ 2024 ਨੂੰ ਮੁੰਬਈ ਦੇ ਵਿੱਚ ਇਹ ਜਾਂ ਪੈਜੈਂਟ ਹੋਇਆ। ਯਾਦ ਰੱਖਿਓ ਵੀ 71ਵਾਂ ਮਿਸ ਯੂਨੀਵਰਸ ਕਿੱਥੇ ਹੋਇਆ? ਉਹ ਮੁੰਬਈ ਇੰਡੀਆ ਦੇ ਵਿੱਚ ਹੋਇਆ ਹੈ। ਕਿੱਥੇ ਹੋਇਆ ਸੀ? ਮੁੰਬਈ ਇੰਡੀਆ ਦੇ ਵਿੱਚ ਹੋਇਆ ਇਸ ਗੱਲ ਨੂੰ ਯਾਦ ਰੱਖਣਾ ਤੁਸੀਂ। 71st ਐਡੀਸ਼ਨ ਸੀਗਾ ਇਹਦਾ ਤੇ ਲਿਬਨਾਨ ਦੀ ਕੁੜੀ ਸੀ ਇੱਕ ਯਸਮੀਨਾ ਜ਼ੈਟੌਨ ਉਹਨੂੰ ਇਹ ਫਰਸਟ ਰਨਰ ਅਪ ਦਾ ਟਾਈਟਲ ਦਿੱਤਾ ਗਿਆ। ਲੋ ਜੀ ਤੇ ਆ ਕੁੜੀ ਕੌਣ ਹੈ ਜੀ ਇਹ ਹੈਗੇ ਸਾਡੀ 70ਵੀਂ 70th ਜਿਹੜੀ ਮਿਸ ਆਪਣੀ ਜਿਹੜੀ ਵਰਲਡ ਨਾਮ ਸੀ ਕੈਰੋਲੀਨਾ ਬੈਲਾਵਾਸਕਾ ਤੁਹਾਨੂੰ ਸਾਰਿਆਂ ਨੇ ਇਹਦਾ ਨਾਮ ਯਾਦ ਹੋਣਾ ਆਪਾਂ ਨੇ ਕੀਤਾ ਹੋਇਆ ਮਿਸ ਵਰਲਡ ਬਣੀ ਸੀ ਕੈਰੋਲੀਨਾ ਬੈਲਵਾਸਕਾ ਪੋਲੈਂਡ ਤੋਂ ਸੀ ਇਹਨੇ ਫਿਰ ਗਾਂ ਟਰਾਫੀ ਅੱਗੇ ਪਹੁੰਚਾਤੀ 71ਵੀਂ 71ਵੀਂ ਅੱਗੇ ਦੇਦੀ ਚੈੱਕ ਰਿਪਬਲਿਕ ਦੀ ਕੁੜੀ ਮਿਸ ਵਰਲਡ ਬਣ ਚੁੱਕੀ ਹੈ ਨਾਮ ਹੈ ਜੀ ਕ੍ਰਿਸਟਾਇਨਾ ਬਿਜ਼ ਕੀ ਔਖਾ ਜਿਹਾ ਨਾਮ ਹੈ ਬਿਜ਼ਕੋਵਾ ਠੀਕ ਹੈ ਜੀ ਲੋ ਜੀ ਇਹ ਹੈਗਾ ਚੈੱਕ ਰਿਪਬਲਿਕ ਦਾ ਮੈਪ ਯੂਰੋਪੀਅਨ ਕੰਟਰੀ ਹੈ ਚੈਕ ਰਿਪਬਲਿਕ ਦੀ ਕੰਟਰੀ ਜਿਹੜੀ ਕੈਪੀਟਲ ਬੱਚੇ that is ਪ੍ਰਾਗ ਇਧਰਲੇ ਪਾਸੇ ਜਰਮਨੀ ਨਾਲ ਬਾਰਡਰ ਸ਼ੇਅਰ ਹੁੰਦਾ ਇਹਦਾ ਇਧਰ ਪੋਲੈਂਡ ਨਾਲ ਹੁੰਦਾ ਹੈ ਇਧਰ ਸਲੋਵਾਕੀਆ ਇਧਰ ਆਸਟਰੀਆ ਚਾਰ ਕੰਟਰੀਆਂ ਨਾਲ ਇਹ ਜਿਹੜੀ ਹੈ ਬਾਉਂਡਰੀ ਸ਼ੇਅਰ ਕਰਦੀ ਹੈ ਚੈਕ ਰਿਪਬਲਿਕ ਕੰਟਰੀ ਤੇ ਪੂਰੀ ਦੀ ਪੂਰੀ ਬੱਚੇ ਜਿਹੜੀ ਹੈ ਇੱਕ ਲੈਂਡਲੌਕਡ ਸਟੇਟ ਹੈ ਯਾਦ ਰੱਖੋਗੇ ਹੁਣ ਮੈਨੂੰ ਦੱਸਿਓ ਜੀ 72ਵੀਂ ਮਿਸ ਯੂਨੀਵਰਸ ਕੌਣ ਹੈ 72nd ਮਿਸ ਯੂਨੀਵਰਸ ਪੁੱਛ ਰਿਹਾ ਮੈਂ ਮਿਸ ਯੂਨੀਵਰਸ ਕੌਣ ਹੈ ਜੀ ਨਿਕਰੋਗੂਆ ਤੋਂ ਬਿਲੋਂਗ ਕਰਦੀ ਹੈ निकरगुआ उही कंट्री है जिन्हें इंडियन फार्माकोपियां की कियानोलेज किया नाम इन्होंने ना दसो जी शबाश शेनिस पलाशियोस वेरी गुड जी की नाम है शेनिस पलाशियोस बहुत बढ़िया जी वेरी गुड जी मिस यूनिवर्स अड्डा मिस वर्ल्ड हूँ नवी आ गई है वह नाम देख लो चेक रिपब्लिक वाला की है क्रिस्टाइना बिजकोवा ਹੁਣ ਚਾਰ-ਪੰਜ ਵਾਰੀ ਤੁਹਾਡੇ ਤੋਂ ਪੁੱਛੂੰਗਾ ਹਰ ਰੋਜ਼ ਦੇ ਹਿਸਾਬ ਨਾਲ ਫਿਰ ਤੁਹਾਨੂੰ ਯਾਦ ਹੀ ਹੋ ਜਾਊਗਾ ਤੁਹਾਨੂੰ ਹਨਾ ਚਲੋ ਜੀ ਅੱਗੇ ਚੱਲਦੇ ਆ ਬੱਚੇ ਹੁਣ ਮੈਨੂੰ ਦੱਸਿਓ ਜੀ ਉਹ ਕਿਹੜੀ ਉਹ ਕਿਹੜੀ ਸਿਟੀ ਹੈ ਜਿੱਥੇ ਭਾਰਤ ਦੀ ਪਹਿਲੀ ਡਰਾਈਵਰਲੈਸ ਮੈਟਰੋ ਟ੍ਰੇਨ ਆਈ ਹੈ ਡਰਾਈਵਰਲੈਸ ਮੈਟਰੋ ਟ੍ਰੇਨ ਚਲਾਈ ਗਈ ਹੈ ਭਾਰਤ ਦੇ ਕਿਹੜੀ ਸਿਟੀ ਦੇ ਵਿੱਚ ਦੱਸਿਓ ਜੀ ਮਾੜਾ ਮਿੰਟ ਤੋਂ ਪਹਿਲਾਂ ਦੱਸੋ ਵੈਰੀ ਗੁੱਡ ਕਰਨੇ ਕੀ ਨਾਮ ਇਹਦਾ ਬੈਂਗਲੂਰੂ ਬੈਂਗ ਲੁਰੂ ਬੈਂਗਲੁਰੂ ਦੇ ਵਿੱਚ ਬੱਚਿਓ ਭਾਰਤ ਦੀ ਪਹਿਲੀ ਡਰਾਈਵਰਲੈਸ ਟ੍ਰੇਨ ਡਰਾਈਵਰਲੈਸ ਮੈਟਰੋ ਦਾ ਉਦਘਾਟਨ ਕੀਤਾ ਗਿਆ ਬੱਚਿਓ ਯਾਦ ਰੱਖਣਾ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਜੀ ਆਜੋ ਫਿਰ ਅਗਲਾ ਸਵਾਲ ਪੁੱਛਿਆ ਜਾਵੇ ਤੁਹਾਡੇ ਤੋਂ ਅਗਲਾ ਸਵਾਲ ਹੈਗਾ ਜੀ ਬੱਚਿਓ ਬਾਰਡਰ ਸਕਿਉਰਿਟੀ ਫੋਰਸ ਬਾਰਡਰ ਸਕਿਉਰਿਟੀ ਫੋਰਸ ਤੇ ਬਾਰਡਰ ਗਾਰਡਸ ਆਫ ਬੰਗਲਾਦੇਸ਼ ਇਹਨਾਂ ਨੇ 54th ਡਾਇਰੈਕਟਰ ਜਨਰਲ ਲੈਵਲ ਮੀਟਿੰਗ ਕੀਤੀ ਹੈ ਵੈਨਿਊ ਦੱਸ ਦਿਓ ਜੀ ਵੈਨਿਊ ਦੱਸ ਦਿਓ ਕਿੱਥੇ ਕੀਤੀ ਐ ਕਿੱਥੇ ਕੀਤੀ ਐ ਇਹ 54th ਡਾਇਰੈਕਟਰ ਜਨਰਲ ਲੈਵਲ ਮੀਟਿੰਗ ਬੰਗਲਾ ਹਾਂਜੀ ਯੈਲੋ ਲਾਈਨ ਕਹਿੰਦੇ ਉਹਨੂੰ ਯੋਗਰਾ ਬਿਲਕੁਲ ਜੀ ਢਾਕਾ ਦੇ ਵਿੱਚ ਕਿੱਥੇ ਕੀਤੀ ਆ ਜੀ ਢਾਕਾ ਦੇ ਵਿੱਚ ਢਾਕਾ ਕੀ ਐ ਕੈਪੀਟਲ ਐ ਬੰਗਲਾਦੇਸ਼ ਦੀ ਅੱਛਾ ਢਾਕਾ ਦੇ ਵਿੱਚ ਕਿਸ ਲੀਡਰ ਦਾ ਬੁੱਤ ਲੱਗਿਆ ਇਹ ਮੈਨੂੰ ਦੱਸੋਗੇ ਕਿ ਕਿਹੜੇ ਲੀਡਰ ਦਾ ਬੁੱਤ ਬੁੱਤ ਲੱਗਿਆ ਸੀਗਾ ਮਿਘਾਲਿਆ ਦਾ ਉਹ ਲੀਡਰ ਸੀਗਾ ਬੱਚਿਓ ਲਾਉਂਗੇ ਕਿਹੜਾ ਸੀ ਉਹ ਯੂ ਤਿਰੋਥ ਕਿਹੜਾ ਸੀ ਯੂ तिरोध ते सिंह वैरी गुड जी चलो आज जाओ हम अगे चलिए अगले न्यूज आर्टिकल देखे आई है बच्चे एक किताब श्रीलंका के फॉरमर प्रैजीडेंट से नाम किसी गोताबाया राजपक्षशा इन्ही बुक का नाम की है द कौसपरेंसी षडयंत्र साजिश साजिश किताब इन्होंने लॉन्च की है काफ़ी देर यह चुप रहे हैं कॉन्सपरेंसी टू औस्ट मी फ्रॉम द प्रेजिडेंसी दो हजार बई तक यह जो प्रेजिडेंट रहे गोताबाया राज जी ਤੇ ਉਸ ਤੋਂ ਬਾਅਦ ਕਮੇ ਇਹਨਾਂ ਦੀ ਪਾਲਿਸੀ ਚਾਈਨਾ ਦੇ ਨਾਲ ਖਰਾਬ ਹੋਈ ਤੇ ਕਮੇ ਚਾਈਨਾ ਨੇ ਇਹਨਾਂ ਦਾ ਤਖਤਾ ਪਲਟ ਕੀਤਾ ਤੇ ਇਹਨਾਂ ਨੂੰ ਜਿਹੜਾ ਹੈ ਪ੍ਰੈਜ਼ੀਡੈਂਸੀ ਪ੍ਰੈਜ਼ੀਡੈਂਟ ਦੀ ਜਿਹੜੀ ਚੇਅਰ ਤੋਂ ਥੱਲੇ ਸੱਟਿਆ ਇਹ ਕਿਤਾਬ ਜਿਹੜੀ ਇਹਨਾਂ ਨੇ ਲਾਂਚ ਕੀਤੀ ਹੈ ਜੀ ਗੋਤਬਾਇ ਰਾਜਾ ਪਖਸ਼ਾ ਨੇ ਪਹਿਲਾਂ ਹੀ ਚੁੱਪ ਰਹੇ ਸੀਗੇ ਪਹਿਲਾਂ ਮਾਲਦੀਵ ਭੱਜ ਗਏ ਸੀਗੇ ਇਹ ਹਨਾ ਜੀ ਉਸ ਤੋਂ ਬਾਅਦ ਵਾਪਸ ਆਏ ਨੇ ਚੁੱਪ ਰਹੇ ਫਿਰ ਇਹਨਾਂ ਨੇ ਹੁਣ ਆਪਣਾ ਚਾਈਨਾ ਦਾ ਰੋਲ ਇਹਨਾਂ ਨੇ ਦੱਸਿਆ ਵੀ ਚਾਈਨਾ ਨੇ ਕਮੇ ਮੈਨੂੰ ਮੇਰੀ ਕੁਰਸੀ ਤੋਂ ਥੱਲੇ ਸੱਟਿਆ ਜੀ ਠੀਕ ਹੈ ਜੀ ਇਹ ਕੌਨਸਪੀਰੇਸੀ ਆ ਜਿਹੜੇ ਮਾਲਦੀਵ ਸਾळे ਵੀ ਹੁਣ ਚਾਈਨਾ ਚ ਜੇ ਤਾਂ ਉੱਥੇ ਉਹਨਾਂ ਨੇ ਸਿਆਪੇ ਪਾਏ ਫੇਰ ਇੱਥੇ ਆਉਣਗੇ ਸਾਡੇ ਕੋਲੇ ਮੀਂਡਿਆ ਜੀ ਸਾਨੂੰ ਬਚਾ ਲਓ ਜੀ ਦੋ ਕਾਂਸਪੀਰੇਨਸੀ ਬਾਏ ਗੋਤਾਬਾ ਗੋਤਾਬਾਇਆ ਰਾਜਾ ਪਕਸ਼ਾ ਗੋਤਾਬਾਇਆ ਰਾਜਾ ਪਕਸ਼ਾ ਨੇ ਲਾਂਚ ਕੀਤੀ ਹੈ ਜੀ ਯਾਦ ਰੱਖੋਗੇ ਫਾਰਮਰ ਸ਼੍ਰੀਲੰਕਨ ਪ੍ਰੈਜ਼ੀਡੈਂਟ ਗੋਤਾਬਾਇ ਰਾਜਾ ਪਕਸ਼ਾ ਜੀ ਬ੍ਰੋਕ ਹਿਸ ਸਾਇਲੈਂਸ ਜੋ ਪੋਲਿਟਿਕਲ ਰਾਈਵਰੀ ਜਿਹੜੀ ਚੱਲ ਰਹੀ ਸੀ ਚਾਈਨਾ ਨਾਲ ਉਹ ਉਹਨਾਂ ਨੇ ਪੂਰੀ ਤਰੀਕੇ ਨਾਲ ਹੁਣ ਅਨਵੀਲ ਕਰ ਦਿੱਤੀ ਗਈ ਆ ਪੂਰਾ ਛੜੇੰਤਰ ਸਾਹਮਣੇ ਰੱਖ ਦਿੱਤਾ ਹੈ ਗੋਤਾਬਾਇਆ ਰਾਜਾ ਪਖਸ਼ਾ ਜੀ ਲੋ ਜੀ ਸੋ ਸਿੰਪਲ ਨਿਊਜ਼ ਖਤਮ ਹੋ ਜਾਂਦੀ ਹੈ ਇੱਥੇ ਹੀ ਆਜੋ ਅਗਲੀ ਨਿਊਜ਼ ਤੇ ਚੱਲੀਏ ਉਸ ਤੋਂ ਪਹਿਲਾਂ ਇੱਕ ਸਵਾਲ ਪੁੱਛ ਲਵਾਂ ਤੁਹਾਡੇ ਤੋਂ ਮੈਂ ਇੱਕ ਇੰਡੀਆ ਨੇ ਇੱਕ ਪੈਕਟ ਸਾਈਨ ਕੀਤਾ ਹੈ ਇੰਡੀਆ ਨੇ ਇੱਕ ਪੈਕਟ ਸਾਈਨ ਕੀਤਾ ਜਿਹਦਾ ਨਾਮ ਹੈ ਕਰੰਸੀ ਪੈਕਟ ਉਹ ਕਿਹੜੀ ਕੰਟਰੀ ਦੇ ਨਾਲ ਕੀਤਾ ਹੈ ਕਰੰਸੀ ਪੈਕਟ ਅਸੀਂ ਕਿਹੜੀ ਕੰਟਰੀ ਦੇ ਨਾਲ ਕੀਤਾ ਹੈ ਇੰਡੀਆ ਨੇ ਕਿਹੜੀ ਕੰਟਰੀ ਦੇ ਨਾਲ ਕਰੰਸੀ ਪੈਕਟ ਸਾਈਨ ਕੀਤਾ ਹੈ ਦੱਸੋ ਜੀ ਸ਼ਾਬਾਸ਼ ਵੈਰੀ ਗੁੱਡ ਜੀ ਇੰਡੋਨੇਸ਼ੀਆ ਇੰਡੀਆ ਤੇ ਇੰਡੋਨੇਸ਼ੀਆ ਦੇ ਵਿੱਚ ਵਿਚਕਾਰ ਜੀ ਇਹ ਜਿਹੜੀ ਹੋਈ ਹੈ ਜੀ ਇੱਕ ਕਰੰਸੀ ਪੈਕਟ ਸਾਈਨ ਹੋਵੇ ਇੱਕ ਦੂਜੇ ਦੀ ਆਪਾਂ ਕਰੰਸੀ ਯੂਜ਼ ਕਰਿਆ ਕਰਾਂਗੇ ਇੱਕ ਦੂਜੇ ਦੀ ਕਰੰਸੀ ਯੂਜ਼ ਕਰਿਆ ਕਰਾਂਗੇ ਆਂਦੇ ਆਪਾਂ ਕਿਸੇ ਹੋਰ ਦੀ ਕਰੰਸੀ ਕਿਉਂ ਯੂਜ਼ ਕਰੀਏ ਇਸ ਕਰਕੇ ਜਿਹੜੀ ਹੈ ਇਹ ਕੀਤੀ ਗਈ ਹੈ ਲੋ ਜੀ ਡਨ ਹੈ ਮਾਮਲਾ ਇੱਕ ਮੈਨੂੰ ਸਵਾਲ ਦਾ ਜਵਾਬ ਦਿਓ ਬੱਚਿਓ ਮੇਰੇ ਸਾਹਮਣੇ ਲੱਗੇ ਪੁੱਛ ਹੀ ਲੈਣਾ ਮੈਂ ਲੋ ਜੀ ਆਹੀ ਸੀਗਾ ਉਹ ਲੋ ਜੀ ਸੁਦਾ ਮੂਰਤੀ ਜੀ ਕੌਣ ਨੇ ਸੁਦਾ ਮੂਰਤੀ ਜੀ ਨਰਾਇਣ ਮੂਰਤੀ ਦੇ ਕੌਣ ਨੇ ਵਾਈਫ ਨੇ ਸੁਦਾ ਮੂਰਤੀ ਜੀ ਹਰ ਜੀ ਤੇ ਸੁਦਾ ਮੂਰਤੀ ਵਾਈਫ ਤਾਂ ਹੈਗੇ ਨੇ ਉਸ ਤੋਂ ਇਲਾਵਾ ਇਹਨਾਂ ਦੀ ਇੱਕ ਬੇਟੀ ਹੈ ਅੰਕਿਤ ਮੂਰਤੀ ਉਹ ਕੌਣ ਨੇ ਅਕਸ਼ਤਾ ਮੂਰਤੀ ਸ਼ਾਹਬ ਉਹ ਕੌਣ ਨੇ ਆਪਣੇ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਉਹਨਾਂ ਦੀ ਵਾਈਫ ਨੇ ਇਨਫੋਸਿਸ ਦੇ ਬੱਚੇ ਜਿਹੜੇ ਹੈ ਫਾਊਂਡਰ ਨੇ ਨਰੈਣ ਮੂਰਤੀ ਉਹਨਾਂ ਦੀ ਵਾਈਫ ਬਹੁਤ ਵੱਡੀ ਪਰਸਨੈਲਿਟੀ ਸੁਦਾ ਮੂਰਤੀ ਹੁਣੇ ਆਥਰ ਵੀ ਨੇ ਕਿਤਾਬਾਂ ਵੀ ਬਥੇਰੀਆਂ ਲਿਖਿਆ ਨੇ ਪਦਮ ਸ਼੍ਰੀ ਵੀ ਨੇ ਪਦਮ ਭੂਸ਼ਣ ਵੀ ਨੇ ਪਦਮ ਭੂਸ਼ਣ ਵੀ ਨੇ ਉਸ ਤੋਂ ਇਲਾਵਾ ਇਹਨਾਂ ਨੂੰ CIS ਵੱਲੋਂ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਗਲੋਬਲ ਇੰਡੀਅਨ ਅਵਾਰਡ ਵੀ ਦਿੱਤਾ ਗਿਆ ਗਲੋਬਲ ਇੰਡੀਅਨ ਅਵਾਰਡ ਵੀ ਦਿੱਤਾ ਗਿਆ ਤੇ ਹੁਣ ਨਿਊਜ਼ ਕੀ ਆ ਰਹੀ ਹੈ ਕਿ ਇਹਨਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ ਹੈ ਬਾਈ ਦਾ ਪ੍ਰੈਜ਼ੀਡੈਂਟ ਫੋਰ ਦਾ ਰਾਜ ਸਭਾ ਸੀਟ ਆਰਟ ਲਿਟਰੇਚਰ ਵਾਲੀ ਫੀਲਡ ਦੇ ਵਿੱਚ ਜਿਹੜੇ ਹੈ ਬੰਦਿਆਂ ਨੂੰ ਨੋਮੀਨੇਟ ਕੀਤਾ ਜਾਂਦਾ ਬਾਈ ਪ੍ਰੈਜ਼ੀਡੈਂਟ ਦਾ ਰਾਜ ਸਭਾ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ ਹੈ ਐਜ਼ ਅ ਰਾਜ ਸਭਾ ਮੈਂਬਰ ਕੋਈ ਇਹਨਾਂ ਨੂੰ ਜਿਹੜੀ ਹੈ ਲੜਨ ਦੀ ਲੋੜ ਨਹੀਂ ਹੈਗੀ ਇਲੈਕਸ਼ਨ ਇਹ ਸਿੱਧੇ ਨਾਮਿਨੇਟਡ ਨੇ ਸਿੱਧਾ ਰਾਜ ਸਭਾ ਚ ਆ ਕੇ ਬੈਠਣਗੇ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਜੀ ਕੌਣ ਬਣ ਗਏ ਜੀ ਆਪਣੇ ਸੁਧਾ ਮੂਰਤੀ ਜੀ ਬਣ ਗਏ ਨੇ ਰਾਜ ਸਭਾ ਦੇ ਮੈਂਬਰ ਲੋ ਜੀ ਇਹਨਾਂ ਦੀ ਬੇਟੀ ਹੈ ਅਕਸ਼ਤਾ ਤੇ ਇੱਕ ਮੁੰਡਾ ਇਹਦਾ ਰੋਹਨ ਅਕਸ਼ਤਾ ਜਿਹੜੀ ਹੈ ਬੱਚੇ ਰਿਸ਼ੀ ਸੁਨਗ ਨਾਲ ਵਿਆਹੀ ਹੋਈ ਹੈ ਗੱਲ ਨੂੰ ਯਾਦ ਰੱਖੋਗੇ ਇੱਕ ਬੱਚਾ ਆਰਟੀਕਲ ਆ ਸਾਡਾ ਆਰਟੀਕਲ ਨੰਬਰ 80 ਉਹ ਆਰਟੀਕਲ ਨੰਬਰ 80 ਕੀ ਕਹਿੰਦਾ ਹੈ ਵੀ ਰਾਜ ਸਭਾ ਦੀ ਜਿਹੜੇ ਸੀਟਾਂ ਨੇ ਉਹ 250 ਤੋਂ ਜ਼ਿਆਦਾ ਨਹੀਂ ਹੋ ਸਕਦੀਆਂ ਠੀਕ ਹੈ ਜੀ ਇੰਨੀ ਗੱਲ ਹੋ ਇਹ 250 ਦੇ ਵਿੱਚੋਂ ਕਿੰਨੇ ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਨੋਮੀਨੇਟ ਕਰਦਾ ਹੈ ਪ੍ਰੈਜ਼ੀਡੈਂਟ ਦੱਸਿਓ ਜੀ ਕਿੰਨੇ ਮੈਂਬਰ ਨੇ ਜਿਹੜੇ ਨੋਮੀਨੇਟਡ ਬਾਈ ਪ੍ਰੈਜ਼ੀਡੈਂਟ ਹੁੰਦੇ ਨੇ ਦੱਸੋ ਜੀ ਕਿੰਨੇ ਮੈਂਬਰ ਸ਼ਾਬਾਸ਼ ਵੈਰੀ ਗੁੱਡ ਜੀ ਕਿੰਨੇ ਜੀ 12 12 ਮੈਂਬਰ ਜਿਹੜੇ ਨਾ ਜਿਹੜੇ ਨੋਮੀਨੇਟ ਹੁੰਦੇ ਨੇ ਜੀ ਇਹ ਨੋਮੀਨੇਟ ਕਰਦਾ ਪ੍ਰੈਜ਼ੀਡੈਂਟ ਅੱਛਾ ਜੀ ਇਹ ਤਾਂ ਹੋ ਗਿਆ ਇੱਕ ਹੋਰ ਮੈਨੂੰ ਦੱਸਿਓ ਜੀ ਚੰਡੀਗੜ੍ਹ ਯੂਨੀਵਰਸਿਟੀ ਦਾ ਚਾਂਸਲਰ ਜਿਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਰਾਜ ਸਭਾ ਨੋਮੀਨੇਟਿਡ ਮੈਂਬਰ ਬਣ ਗਿਆ ਜੀ ਉਹ ਉਹਦਾ ਨਾਮ ਕੀ ਚਾਂਸਲਰ ਦਾ ਦੱਸੋ 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 ਫਟਾਫਟ ਕੀ ਨਾਮ ਹਨ ਉਹਦਾ ਨਾ ਦੋ ਵਾਲੀ ਤਾਂ हट ਗਈ ਉਹ ਵਾਲੀ ਸਤਨਾਮ ਸਿੰਘ ਵੈਰੀ ਗੁੱਡ ਜੀ ਸਤਨਾਮ ਸਿੰਘ ਸੰਧੂ ਸਤਨਾਮ ਤੇ ਸਿੰਘ ਤੇ ਸੰਧੂ ਵੈਰੀ ਗੁੱਡ ਬੱਚਿਓ ਡਨ ਆ ਮਾਮਲਾ ਇਹ ਵੀ ਨਿਊਜ਼ ਜਿਹੜੀ ਤੁਹਾਡੀ ਸਮਾਪਤ ਹੋ ਜਾਂਦੀ ਹੈ ਆਜੋ ਹੁਣ ਆਪਾਂ ਅੱਗੇ ਚੱਲੀਏ ਅੱਗੇ ਚੱਲੀਏ ਬੱਚੇ ਅਗਲੇ ਨਿਊਜ਼ ਆਰਟੀਕਲ ਤੇ ਤੇ ਅੱਗੇ ਕੈਬਨਿਟ ਨੇ ਡਿਕਲੇਅਰ ਕਰ ਦਿੱਤਾ ਹੈ 4% ਡੀਏ 4% ਹਾਈਕ ਕਰਤਾ ਹੈ ਡੀਏ ਦੇ ਵਿੱਚ ਡੀਅਰਨੈਸ ਅਲਾਉਂਸ ਦੇ ਵਿੱਚ ਹਨਾ ਜੀ ਇਹਦੇ ਵਿੱਚ ਜ਼ਿਆਦਾਤਰ ਪੈਨਸ਼ਨ ਜਿਹੜੇ ਪੈਨਸ਼ਨ ਲੈਂਦੇ ਨੇ ਤੇ ਜਦ ਤੱਕ ਜਿਹੜੇ ਸੈਲਰੀ EMPLOYE ਨੇ ਸੈਲਰੀ EMPLOYE ਤੇ ਪੈਨਸ਼ਨ ਜਿਹੜੇ ਸੈਂਟਰ ਦੀ ਨੌਕਰੀ ਕਰਦੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈ 4% ਡੀਏ ਵਧ ਚੁੱਕਿਆ ਹੈ ਬੱਚਿਓ ਤੇ ਬਸ ਇਹੀ ਨਿਊਜ਼ ਹੈ ਹਲਕੀ ਜੀ ਤੇ ਇਹਦੇ ਵਿੱਚ ਜਿਹੜਾ ਹੈ 50 ਲੱਖ ਦੇ ਕਰੀਬ EMPLOYEES ਨੂੰ ਫਾਇਦਾ ਹੋਣਾ ਹੈ 68 ਲੱਖ ਦੇ ਕਰੀਬ PENSIONERS ਨੂੰ ਫਾਇਦਾ ਹੋਣਾ ਹੈ ਉਹਨਾਂ ਦੀ ਤਨਖਾਹ ਵਧ ਜਾਣੀ ਹੈ ਜੀ ਤੇ ਇੰਪਲੀਮੈਂਟ ਹੋਣਾ ਹੈ ਇਫੈਕਟ ਆਊਗਾ ਫਰੋਂ ਜਨੂਅਰੀ 1 2024 ਮਤਲਬ ਕਿ ਪਿਛਲਾ ਜਿਹੜਾ ਇਹਨਾਂ ਨੂੰ ਮਿਲ ਜੂਗਾ ਪੈਸਾ ਸਿੰਪਲ ਨਿਊਜ਼ ਹੈ ਖਤਮ ਹੋ ਜਾਂਦੀ ਹੈ ਆਜੋ ਅਗਲੀ ਨਿਊਜ਼ ਤੇ ਚੱਲੀਏ ਇੰਡੀਅਨ ਔਇਲ ਅੜਿਆ ਨੇ ਸੇਰਾਹੀ ਕਰਾ ਦਿੱਤਾ ਇੰਡੀਅਨ ਔਇਲ ਅੜਿਆ ਨੇ ਸੇਰਾਹੀ ਕਰਾ ਦਿੱਤਾ ਫਾਰਮੂਲਾ 1 ਦਾ ਫਿਊਲ ਇੰਡੀਆ ਦੇ ਵਿੱਚ ਬਣਾ ਦਿੱਤਾ ਹੈ ਫਾਰਮੂਲਾ 1 ਜੋਵੇਂ ਕਾਰਾਂ ਹੁੰਦੀਆਂ ਨੇ ਗੱਡੀਆਂ ਹੁੰਦੀਆਂ ਨੇ ਰੇਸ ਵਾਲੀਆਂ ਹੁੰਦੀਆਂ ਨੇ ਉਹਨਾਂ ਦਾ ਫਿਊਲ ਜਿਹੜਾ ਹੁੰਦਾ ਬੱਚਿਓ ਉਹ ਅਲੱਗ ਲੈਵਲ ਦਾ ਹੁੰਦਾ ਹਜੇ ਤੱਕ ਅੱਪਾ ਕੀ ਕਰਦੇ ਸੀ ਇੰਪੋਰਟ ਕਰਦੇ ਸੀ ਇੰਡੀਆ 'ਚ ਰੇਸ ਕਰਾਉਣੀ ਹੁੰਦੀ ਸੀ ਪਰ ਇੰਡੀਅਨ ਆਇਲ ਨੇ ਇਹ ਕਾਰਨਾਮਾ ਕਰ ਦਿੱਤਾ ਹੈ ਜੀ ਫਾਰਮੂਲਾ 1 ਗ੍ਰੇਡ ਫਿਊਲ ਇੰਡੀਆ ਦੇ ਵਿੱਚ ਹੀ ਬਣਾ ਦਿੱਤਾ ਹੈ ਯਾਦ ਰੱਖਣਾ ਇਸ ਕੰਪਨੀ ਦਾ ਨਾਮ ਵੀ ਕੀਨੇ ਬਣਾਇਆ ਹੈ ਫਾਰਮੂਲਾ 1 ਦਾ ਫਿਊਲ ਕਿਹੜੀ ਇੰਡੀਅਨ ਕੰਪਨੀ ਨੇ ਤਾਂ ਇੰਡੀਅਨ ਆਇਲ ਨੇ ਬਣਾਇਆ ਜੀ ਯਾਦ ਰੱਖੋਗੇ ਤੇ ਜਿਹੜਾ ਪੈਟਰੋਲ ਹੈ ਨਾਮ ਕੀ ਰੱਖਿਆ ਹੈ ਸਟਾਰਮ ਪੈਟਰੋਲ ਸਟਾਰਮ ਪੈਟਰੋਲ ਰ ਖਖੜ ਚੱਲਦਾ ਵੀ ਇਸ ਤਰੀਕੇ ਨਾਲ ਗੱਡੀ ਉੱਡੂਗੀ ਥੋੜੀ ਗੱਡੀ ਉੱਡੂਗੀ ਸਟਾਰਮ ਪੈਟਰੋਲ ਬਣਾਇਆ ਜੀ ਇਹਨਾਂ ਨੇ ਯਾਦ ਰੱਖਣਾ ਜੀ ਇਹ ਜਿਹੜਾ ਸਪਲਾਈ ਕਰੂਗਾ ਤੇਲ ਕਿਹਨੂੰ ਏਸ਼ੀਅਨ ਰੀਜਨ ਮੋਟਰਸਾਈਕਲ ਰੋਡ ਰੇਸਿੰਗ ਚੈਂਪੀਅਨਸ਼ਿਪ ਨੂੰ ਦੇਊਗਾ ਜੀ ਹਨਾ ਜੀ ਸੋ ਇਸ ਗੱਲ ਨੂੰ ਯਾਦ ਰੱਖਣਾ ਵੀ ਫਾਰਮੂਲਾ 1 ਗ੍ਰੇਡ ਫਿਊਲ ਕਿਹੜੀ ਕੰਪਨੀ ਬਣਾਇਆ ਇੰਡੀਅਨ ਆਇਲ ਨੇ ਬਣਾਇਆ ਖਤਮ ਹੈ ਕਹਾਣੀ ਇਹਦੀ ਹਨਾ ਜੀ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਕੌਣ ਨੇ ਸ਼੍ਰੀਕਾਂਤ ਮਾਧਵ ਵੈਦਿਆ ਜੀ ਠੀਕ ਹੈ ਜੀ ਚਲੋ ਜੀ ਇਹ ਹਾਈ ਔਕਟੇਨ ਪੈ ਤੇ 2026 ਤੱਕ F1 ਕਹਿੰਦਾ ਅਸੀਂ ਪਲਾਨ ਕਰ ਰਹੇ ਹਾਂ ਤਾਂ ਕਿ ਅਸੀਂ 100% ਸਸਟੇਨੇਬਲ ਫਿਊਲ ਉੱਤੇ ਸ਼ਿਫਟ ਕਰ ਜਾਈਏ ਇਹ ਵੀ ਗੱਲ ਤੁਸੀਂ ਫਾਰਮੂਲਾ 1 ਦੇ ਬਾਰੇ ਯਾਦ ਰੱਖਣੀ ਹੈ ਜੀ ਲਓ ਜੀ ਇਹ ਹੋ ਗਿਆ ਤੁਹਾਡਾ ਸਪੀਡ ਪੈਟਰੋਲ ਹੁਣ ਤੁਸੀਂ ਮੈਨੂੰ ਐਂ ਦੱਸੋਗੇ ਵੀ ਉਹ ਕਿਹੜਾ ਬ੍ਰਾਂਡ ਹੈ BPCL ਦਾ ਉਹ ਕਿਹੜਾ ਪ੍ਰੋਡਕਟ ਹੈ ਜਿਸ ਪ੍ਰੋਡਕਟ ਦੇ ਬ੍ਰਾਂਡ ਅੰਬੈਸਡਰ ਬਣਾਏ ਗਏ ਨੇ ਕੌਣ ਦੋਨੇ ਚੀਜ਼ ਤੁਸੀਂ ਦੱਸ ਦਿਓ BPCL ਨੇ ਇੱਕ ਪ੍ਰੋਡਕਟ ਲਾਂਚ ਕੀਤਾ ਸੀ ਉਹਦੇ ਵਾਸਤੇ ਬ੍ਰਾਂਡ ਐਮੈਸਡਰ ਕਿਹਨੂੰ ਨਿਯੁਕਤ ਕੀਤਾ ਗਿਆ ਦੋ ਸਵਾਲ ਨੇ ਤੁਹਾਡੇ ਇੱਕ ਕੁਐਸਚਨ ਦੇ ਵਿੱਚ ਦੱਸੋ ਜੀ ਕਿਹੜਾ ਸੀ ਉਹ ਪਿਓਰ ਫॉर ਸ਼ੋਰ ਤਾਂ ਠੀਕ ਹੈ ਜੀ ਹਾਂ ਵੈਰੀ ਗੁੱਡ ਸਪੀਡ ਪੈਟਰੋਲ ਇਹ ਸੀ ਉਹ ਵੀ OVBPCL ਦਾ ਜਿਹੜਾ ਕੀ ਸੀ ਸਪੀਡ ਪੈਟਰੋਲ ਹੀ ਸੀਗਾ ਇਹ ਸਟਾਰਮ ਸੀ ਨਾ ਇਹ ਸਪੀਡ ਹੈ ਇਹਦਾ ਜਿਹੜਾ ਹੈ ਬੱਚੇ ਆਪਣੇ ਨੀਰਜ ਚੋਪੜਾ ਨੀਰਜ ਚੋਪੜਾ ਜੀ ਨੂੰ ਇਹਦਾ ਬ੍ਰਾਂਡ ਐਮੈਸਡਰ ਬਣਾਇਆ ਗਿਆ ਸੀਗਾ ਇਹ ਸਪੀਡ ਪੈਟਰੋਲ ਬਣਾਇਆ ਕਿਨੇ ਸੀ ਬੀਪੀਸੀਐਲ ਨੇ ਬਣਾਇਆ ਸੀ ਬੀਪੀਸੀਐਲ ਨੇ ਯਾਦ ਰੱਖਣਾ ਇਸ ਗੱਲ ਨੂੰ ਡਨ ਹੈ ਮਾਮਲਾ ਬੱਚਿਓ ਚਲੋ ਜੀ ਅੱਗੇ ਚੱਲੀਏ ਫਿਰ ਆਪਾਂ ਅੱਗੇ ਚੱਲਦੇ ਆ ਬੱਚੇ ਅਗਲੀ ਨਿਊਜ਼ ਦੇ ਵਿੱਚ ਆਇਆ ਏ ਇਸ ਬੰਦੇ ਦੇ ਨਾਮ ਜਾਪਾਨੀ ਇਹ ਬੰਦਾ ਹੈ ਆਰਕੀਟੈਕਚਰ ਆਰਕੀਟੈਕਚਰ ਦਾ ਇੱਕ ਨੋਬਲ ਪ੍ਰਾਈਜ਼ ਆਰਕੀਟੈਕਟਰ ਦਾ ਨੋਬਲ ਪ੍ਰਾਈਜ਼ ਕਹਿੰਦੇ ਨੇ ਪ੍ਰਿਟਸਕਰ ਪ੍ਰਾਈਜ਼ ਨੂੰ ਪ੍ਰਿਟਸਕਰ ਪ੍ਰਾਈਜ਼ ਹੁੰਦਾ ਜਿਹੜਾ ਆਰਕੀਟੈਕਚਰ ਦਾ ਨੋਬਲ ਪ੍ਰਾਈਜ਼ ਹੁੰਦਾ ਕੀ ਹੁੰਦਾ ਜੀ ਆਰਕੀਟੈਕਚਰ ਦਾ ਨੋਬਲ ਪ੍ਰਾਈਜ਼ ਹੁੰਦਾ ਤੇ ਕਿਹਨੂੰ ਦੇ ਦਿੱਤਾ ਗਿਆ ਇਸ ਪਰਸਨੈਲਿਟੀ ਨੂੰ ਇਹ ਅ ਦੇ ਦਿੱਤਾ ਗਿਆ ਹੈ ਮੇਰੇ ਬੱਚਿਓ ਜਿਨ੍ਹਾਂ ਨਾਮ ਕਿਨ ਦਾ ਰਿਕਨ ਯਾਮਾਮੋਟੋ ਯਾਦ ਰੱਖੋਗੇ ਤੁਸੀਂ ਇਹਨਾਂ ਨਾਮ ਰਿਕਨ ਯਾਮਾਮੋਟੋ ਇੱਕ ਜਪਨਿਸ ਆਰਕੀਟੈਕ ਨੇ ਜਿਨ੍ਹਾਂ ਨੂੰ 2024 ਦਾ ਪ੍ਰਿਟਸਕਰ ਆਰਕੀਟੈਕਚਰ ਪ੍ਰਾਈਜ਼ ਦੇ ਦਿੱਤਾ ਗਿਆ ਹੈ ਜਿਹਨੂੰ ਰੈਫਰ ਕੀਤਾ ਜਾਂਦਾ ਹੈ ਜੀ ਆਰਕੀਟੈਕਚਰ ਦਾ ਨੋਬਲ ਪ੍ਰਾਈਜ਼ ਵੀ ਆਰਕੀਟੈਕਚਰ ਦਾ ਨੋਬਲ ਪ੍ਰਾਈਜ਼ ਹੈ ਤੇ ਕਿਹਨੂੰ ਦਿੱਤਾ ਗਿਆ ਜੀ ਪ੍ਰਿਟਸਕਰ ਪ੍ਰਾਈਜ਼ ਐਤ ਕੀ ਪ੍ਰਿਟਸਕਰ ਆਰਕੀਟੈਕਚਰ ਪ੍ਰਾਈਜ਼ ਰਿਕਨ ਯਾਮਾਮੋਟੋ ਰਿਕਨ ਯਾਮਾਮੋਟੋ ਨੂੰ ਇਹ ਪ੍ਰਾਈਜ਼ ਦੇ ਦਿੱਤਾ ਗਿਆ ਬੱਚਿਓ ਯਾਦ ਰੱਖ ਲਿਓ ਇਸ ਗੱਲ ਨੂੰ ਬਸ ਇੱਥੇ ਹੀ ਗਏ ਖਤਮ ਹੈ ਕਹਾਣੀ ਇਹਦੇ ਵਿੱਚ ਹੋਰ ਆਪਾਂ ਨੇ ਕੁਝ ਲੈਣਾ ਨਹੀਂਗਾ ਲੋ ਜੀ ਹੁਣ ਮੈਂ ਤੁਹਾਡੇ ਤੋਂ ਇੱਕ ਦੋ ਸਵਾਲ ਬੱਚਿਓ ਹੋਰ ਪੁੱਛੂੰਗਾ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਸਿੱਧਾ ਐਮਸੀਕਿਊਜ਼ ਦੇ ਵਿੱਚ ਲੈ ਕੇ ਜਾਊਂਗਾ ਠੀਕ ਹੈ ਜੀ ਜਿਹੜਾ ਇੱਕ ਦੋ ਸਵਾਲ ਮੈਂ ਤੁਹਾਡੇ ਤੋਂ ਪੁੱਛਣੇ ਨੇ ਉਹਦੇ ਵਿੱਚ ਜਿਹੜਾ ਪਹਿਲਾ ਸਵਾਲ ਆਊਗਾ ਉਹ ਇਹ ਹੀ ਹੈ ਬੱਚਿਓ ਵੀ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਕੇਰਲਾ ਵਾਲਿਆਂ ਨੇ ਇੱਕ ਆਪਣਾ ਗਵਰਨਮੈਂਟ ਓਨਡ ਓਟੀਟੀ ਪਲੇਟਫਾਰਮ ਕੱਢਿਆ ਸੀ ਉਹਦਾ ਨਾਮ ਕੀ ਹੈ ਗਵਰਨਮੈਂਟ ਓਨਡ ਓਟੀਟੀ ਪਲੇਟਫਾਰਮ ਵਾਟ ਇਜ਼ ਦਾ ਨੇਮ ਆਫ ਥੈਟ ਸ਼ਾਬਾਸ਼ ਸੀ ਸਪੇਸ ਵੈਰੀ ਗੁੱਡ ਜੀ ਤੇ ਉਹਨਾਂ ਨੇ ਚੌਲ ਕੱਢੇ ਸੀ ਜਿਹੜੇ ਉਹ ਕਿਹੜਾ ਬ੍ਰਾਂਡ ਸੀਗਾ ਸੀ ਸਪੇਸ ਦੱਸਤਾ ਜੀ ਜਿਹੜੇ ਚੌਲ ਕੱਢੇ ਸੀ ਉਹ ਵੀ ਦੱਸਿਓ ਜੀ ਜਿਹੜਾ ਨੇ ਚੌਲ ਕੱਢੇ ਸੀ ਵੈਰੀ ਗੁੱਡ ਜੀ ਕੀ ਸੀ ਸਬਰੀਕੇ ਰਾਈਸ ਸਬਰੀਕੇ ਰਾਈਸ ਇਹਨਾਂ ਨੇ ਜਿਹੜੀ ਜਿਹੜੀ ਐਪ ਕੱਢੀ ਸੀ ਐਪ ਉਹਦਾ ਕੀ ਨਾਮ ਆ इन्होंने ऐप भी कभी से एक गवर्नमेंट सर्विस प्रोवाइड करने वास्ते के समार्ट के समार्ट के समार्ट ऐप इन्होंने अपना जोड़ा है लॉन्च किया फाइबर ऑप्टिकल नैटवर्क के एफ ओ एन है ना केरला फाइबर ऑप्टीकल नैटवर्क भी याद रखना है चलो जी मेरे मित्रों हूँ आप चलते हैं बच्चे सीधे एम सी क्यूस उत्ते एम सी्यू करिए फटाफट कंपलीटी थोड़ा मैं अज्ज जिन्ने अंज नहीं मैं थोड़ा यनवरी फरवरी वाली फाइल पाऊँगा ही पाऊँगा ठीक है जी क्योंकि फिर आप इन्ना नहीं कर सकते ना चलो जी ਲੋ ਜੀ ਕਿੰਨੇ 71 ਕੁਐਸਚਨ ਰਹਿਗੇ ਸੀ 150 ਪਿੱਛੇ ਰਹਿਗੇ ਸੀ ਨਾ ਆਪਾਂ ਲੈ ਦੇਖ ਕਿੰਨੇ ਕੁਐਸਚਨ ਨੇ 550 ਸਲਾਈਡਾਂ 550 ਸਲਾਈਡਾਂ ਯਾਨੀ ਕਿ 275 ਕੁਐਸਚਨ ਨੇ ਟਾਪ 275 ਕੁਐਸਚਨ ਇਹ ਲੈ ਦੱਸ ਖਤਮ ਹੀ ਨਹੀਂ ਹੋ ਰਿਹਾ ਪਰ ਰੁਕ ਜੀ ਦੋ ਮਿੰਟ ਚਲੋ ਵੀ ਚੱਲ ਚੱਲ ਚੱਲਾ 410 ਕਿਤੇ ਸੀਗੇ ਆਪਾਂ ਹੂੰ हां केपी नाम बिहार बट हो गया सीगा ब्रांड एंबेसडर फिट होनी मूवमेंट ਦਾ ਹੋ ਗਿਆ ਸੀਗਾ ਇਹ ਵੀ ਹੋ ਗਿਆ ਸੀ ਇਹ ਵੀ ਹੋ ਗਿਆ ਸੀ ਪ੍ਰੈਜ਼ਿਡੈਂਟ ਬਰੋ ਰਡਾਰ ਹੋ ਗਿਆ ਸੀ हां ਇੱਥੇ ਸੀਗੇ ਲੋ ਜੀ ਸਵਾਲ ਆ ਗਿਆ ਕਹਿੰਦਾ ਫਿਨਲੈਂਡ ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕਿਨੇ ਜਿੱਤੇ ਫਿਨਲੈਂਡ ਦਾ ਪ੍ਰੈਜ਼ੀਡੈਂਟ ਕੌਣ ਬਣਿਆ ਜੀ ਪੈਕਾ ਹਾਵਵਿਸਤੋ ਸੌਲੀ ਨਿਨਿੰਸਤੋ ਜੁਰਗਿੰਨ ਐਕਸਲਫੋਰਟ ਜਾਂ ਫਿਰ ਅਲੈਗਜ਼ੈਂਡਰ ਸਟੱਬ ਕੌਣ ਬਣਿਆ ਸੀ ਏ ਕੇ ਮਾਨਸਾ ਜਿਹੜਾ ਸਾਡਾ ਟੈਲੀਗ੍ਰam ਚੈਨਲ ਹੈ ਨਾ that is success tree punjab ਇਸੇ ਵੀਡੀਓ ਡਿਸਕ੍ਰਿਪਸ਼ਨ ਦੇ ਥੱਲੇ ਲਿੰਕ ਵੀ ਉੱਥੋਂ ਲੈ ਸਕਦੇ ਹੋ ਬਾਕੀ ਤੁਸੀਂ ਕੱਲ ਪੁੱਛ ਰਹੇ ਸੀ ਨਾ ਸੈਟਰਡੇ ਨੂੰ ਵੀ ਤੁਸੀਂ ਪੰਜਾਬੀ ਦੇ ਵਿੱਚ ਵੀ ਕਰਾਉਣੇ ਹੋ ਤਾਂ ਬੱਚੇ ਅਨਸਰ ਹੈ ਹਾਂ ਪੰਜਾਬੀ ਦੇ ਵਿੱਚ ਚੱਲ ਰਿਹਾ ਸਾਡਾ ਬੈਚ ਜਿਹੜਾ ਹੈ ਮਾਸਟਰ ਕੋਰਸ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅਲੈਗਜ਼ੈਂਡਰ ਸਟੱਬ ਇਸ ਦਾ ਕਰੈਕਟ ਆਪਸ਼ਨ ਫਿਨਲੈਂਡ ਦਾ ਪ੍ਰੈਜ਼ੀਡੈਂਟ ਬਣਿਆ ਅਗਲਾ ਸਵਾਲ ਪੇਟੀਐਮ ਵਾਲਿਆਂ ਨੇ ਆਪਣਾ ਨਵਾਂ ਨਾਮ ਰੱਖਤਾ ਕੀ ਨਾਮ ਆਉਦਾ ਪੇਟੀਐਮ ਵਾਲੇ ਕਹਿੰਦੇ ਵੀ ਸਾਡੀ ਬਹੁਤ ਬੇਇੱਜ਼ਤੀ ਹੋ ਰਹੀ ਐ ਸਾਨੂੰ ਨਾਮ ਹੀ ਚੇਂਜ ਕਰ ਦਿੰਨੇ ਆ ਨਵ वेरी गुड वेरी गुड फिनलैंड कैपिटल हल की है वेरी गुड जी पाए प्लेटफॉर्म नाम रखने पाए प्लेटफॉर्म जी वेरी गुड जी पाए रखता सवाल वर्ल्ड गवर्नमेंट समिटिया सर्विस लॉन्च करने वाली कंट्री के यू ए यूएसए फ्रांस इंडिया यू ए ई यूनाइटेड अरब एमीरेट्स इज द करेक्ट ऑप्शन बाकी बचो ਜਿੰਨੇ ਬੱਚੇ ਲਾਈਵ ਬੈਠੇ ਆ ਤੁਸੀਂ ਯਾਰ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਹੁਣ ਇੱਕ ਵਾਰੀ ਕਿਹਾ ਤਾਂ ਤੁਸੀਂ ਇੱਕ ਵਾਰ ਚ ਸੌਟ ਪਾ ਦਿਓ 24 ਬੱਚੇ ਕਰਾ ਦਿਓ ਸੌਟ ਉੱਪ ਜਾਓ ਇੱਕ ਵਾਰ ਜੀ ਕਰਾ ਦਿਓ 76 ਲਾਈਕ ਨੇ ਆਪਣੇ 24 ਪਿੱਛੇ ਚੱਲਦੇ ਪਏ ਨੇ ਚੱਕ ਦੋ ਫੱਟੇ ਲਾਓ ਜੀ ਅਗਲਾ ਸਵਾਲ ਕਿਹੜੀ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਨੇ ਗਰੋ ਰਿਪੋਰਟ ਲਾਂਚ ਕੀਤੀ ਹੈ ਜਿਹਦਾ ਏਮ ਹੈ ਰੀਵਾਈਟਲਾਈਜ਼ ਕਰਨਾ ਇੰਡੀਆ ਦੇ ਬੈਰਨ ਲੈਂਡਸ ਥਰੂ ਐਗਰੋਫਰੈਸਟਰੀ ਪ੍ਰੈਕਟਿਸਿਸ ਗਰੋ ਰਿਪੋਰਟ ਲੌਂਚ ਕਰਨੇ ਵਾਲਾ ਕੌਣ ਨੀਤੀ ਆਯੋਗ ਡਿਪਾਰਟਮੈਂਟ ਆਫ ਫੋਰੈਸ ਮਿਨਿਸਟਰੀ ਆਫ ਐਗਰੀਕਲਚਰ ਵਾਟਰ ਰਿਸੋਰਸ ਡਿਪਾਰਟਮੈਂਟ ਲਓ ਜੀ ਨੀਤੀ ਸ਼ਾਬਾਸ਼ ਸੋ ਨੀਤੀ ਆਯੋਗ ਇਜ਼ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਐਲਾਨ ਮੋਦੀ ਪ੍ਰੋਗਰਾਮ ਆਰਗੇਨਾਈਜ਼ ਕਰਵਾਇਆ ਗਿਆ ਸੀ ਰੀਸੈਂਟਲੀ ਕਿੱਥੇ ਯੂਏਈ ਦੇ ਵਿੱਚ ਸਾਊਦੀ ਅਰੇਬੀਆ ਵਿੱਚ ਯੂਐਸਏ ਦੇ ਵਿੱਚ ਚੌਥਾ ਆਪਸ਼ਨ ਕੋਈ ਹੈ ਹੀ ਨਹੀਂ ਤਿੰਨਾਂ ਚੀਜ਼ ਦੱਸ ਦਿਓ ਵੈਰੀ ਗੁੱਡ ਜੀ ਯੂਏਈ ਇਸ ਦਾ ਕਰੈਕਟ ਆਪਸ਼ਨ ਯੂਏਈ ਯੂਨਾਈਟਿਡ ਅਰਬ ਏਮੀਰੇਟਸ ਇਸ ਦਾ ਕਰੈਕਟ ਆਪਸ਼ਨ ਬਹੁਤ ਵਧੀਆ ਅਗਲੇ ਸਵਾਲ ਤੇ ਆਜੋ ਫਿਰ ਕਹਿੰਦਾ ਚੇਨਈ ਓਪਨ ਦਾ ਟਾਈਟਲ ਸਿੰਗਲ ਸੈਟਲ ਕਿਹਨੇ ਜਿੱਤਿਆ ਲੁਕਾਨਾੜੀ ਸੁਮਿਤ ਨਾਗਲ ਸਾਕੇਤ ਮੈਨੇਨੀ ਜਾਂ ਫਿਰ ਰਾਮਕੁਮਾਰ ਰਾਮਨਾਥਨ ਇਹ ਬੱਚੋ ਟੈਨਿਸ ਦਾ ਪ੍ਰੋਗਰਾਮ ਸੀਗਾ ਚੇਨਈ ਚੇਨਈ ਓਪਨ ਕਿਹਨੇ ਜਿੱਤਿਆ ਸ਼ਾਬਾਸ਼ ਬਹੁਤ ਵਧੀਆ ਸੁਮਿਤ ਨਾਗਲ ਸੁਮਿਤ ਨਾਗਲ ਇਸ ਦਾ கரெக்ட் অপশন ਬੱਚਿਓ ਅਗਲਾ ਸਵਾਲ ਇਹ ਤਾਂ ਆਪਣਾ ਹੋ ਗਿਆ ਸੀ ਨਾ ਕਿਹੜੀ ਸਟੇਟ ਹੈ ਜਿਹੜੀ ਹੋਸਟ ਕਰੂਗੀ ਇੰਡੀਆ ਦਾ ਪਹਿਲਾ ਫਰੋਜ਼ਨ ਲੇਕ ਮੈਰਾਥਨ ਫਰੋਜ਼ਨ ਲੇਕ ਮੈਰਾਥਨ ਹੋਣੀ ਹੈ ਜੀ ਹੋ ਗਈ ਹੈ ਤੇ ਇਹਨੂੰ ਕਿਹਨੇ ਹੋਸਟ ਕੀਤਾ ਸਿਕਮ ਅਰੁਣਾਚਲ ਪ੍ਰਦੇਸ਼ ਲਦਾਖ ਹਾਂਜੀ ਦਸਦੀਪ ਕੋਲ ਲਿਖੋ ਜੀ ਸੋ ਇਹਦਾ ਆਨਸਰ ਕੀ ਹੋਊਗਾ ਬੱਚੇ 댓 ਇਜ਼ ਲਦਾਖ ਲਦਾਖ ਦੇ ਵਿੱਚ ਹੋਈ ਸੀ ਤੇ ਕਿਹੜੀ ਸਟੇਟ ਇਹਦੇ ਵਿੱਚੋਂ winner ਰਹੀ ਸੀ ਤੁਹਾਡੇ ਲਈ ਦੂਜਾ ਸਵਾਲ ਕਿਹੜੀ ਸਟੇਟ ਇਹਦੇ ਵਿੱਚ winner ਰਹੀ ਸੀ ਇੱਕ ਤਾਂ ਭਗਵਾਨ ਸੀਗਾ ਵੈਰੀ ਗੁੱਡ ਐਮਪੀ ਐਮਪੀ ਜਿਹੜੀ ਹੈ winner ਸਟੇਟ ਰਹੀ ਸੀ ਐਮਪੀ winner ਸੇ ਭੋਪਾਲ ਦੇ ਦੋ ਬੰਦੇ ਸੀ ਜਿਨ੍ਹਾਂ ਨੇ ਫਰੋਜ਼ਨ ਲੇਕ ਮੈਰਾਥਨ ਜਿੱਤੀ ਸੀ ਠੀਕ ਹੈ ਜੀ ਮੁਕੇਸ਼ਨ ਭਗਵਾਨ ਵੈਰੀ ਗੁੱਡ ਜੀ ਅਗਲਾ ਸਵਾਲ ਅਛਾ ਜੀ ਸਿੰਘ ਨੇ ਦੇਖੀਆ ਕੀ ਬਾਤ ਹੈ ਅਗਲਾ ਸਵਾਲ ਕਹਿੰਦੇ ਕਿੰਨੀ ਕਿੰਨੀਆਂ ਯੂਨਿਟਾਂ ਫ੍ਰੀ ਇਲੈਕਟ੍ਰਿਸਿਟੀ ਪਰ ਮੰਥ ਪੈਦਾ ਹੋਣਗੀਆਂ ਪ੍ਰਧਾਨ ਮੰਤਰੀ ਸੂਰਜ ਘਰ ਫ੍ਰੀ ਇਲੈਕਟ੍ਰਿਸਿਟੀ ਸਕੀਮ ਦੇ ਵਿੱਚ ਦੱਸੋ ਜੀ ਇਮਤਿਹਾਨ ਲਈ ਪਿੱਛੇ ਕਿੰਨੇ ইਅਰਸ ਦੇ ਕਰੰਟ ਅਫੇਅਰਸ ਖੇਡਣੇ ਆ ਕਰਨੇ ਪੈਣਗੇ ਜਸਦੀਪ ਜੀ ਤੁਹਾਨੂੰ ਮਿਨੀਮਮ ਯਾਰ 9 ਮਹੀਨੇ ਦੇ ਕਰੰਟ ਅਫੇਅਰ ਦਾ ਕਰਨੇ ਹੀ ਪੈਣਗੇ 9 ਮਹੀਨੇ ਦਾ ਮਿਨੀਮਮ ਕਰੋ ਕਰੋ ਠੀਕ ਹੈ ਜੀ ਲੋ ਜੀ 300 300 ਯੂਨਟਾਂ ਫ੍ਰੀ ਮਿਲਣਗੀਆਂ ਬੱਚਿਓ ਯਾਦ ਰੱਖੋਗੇ ਲੋ ਜੀ ਅਗਲਾ ਸਵਾਲ ਉਹ ਕਿਹੜੀ ਸਕੀਮ ਹੈ ਜਿਹੜੀ ਲਾਂਚ ਕੀਤੀ ਗਈ ਹੈ ਉੜੀਸਾ ਦੀ ਸਰਕਾਰ ਵੱਲੋਂ ਤਾਂ ਕਿ ਇੰਟਰਸਟ ਫ੍ਰੀ ਲੋਨ ਦਿੱਤਾ ਜਾ ਸਕੇ ਯੂਥ ਨੂੰ ਸਵయం ਹੈ ਸੋਭਾਗਿਆ ਹੈ ਸੁਪਨੇ ਹੈ ਜਾਂ ਫਿਰ ਸ਼੍ਰੇਸ਼ਟ ਹੈ ਦੱਸਿਓ ਜੀ ਗੁੱਡ ਮਾਰਨਿੰਗ ਸੰਦੀਪ ਕੌਰ ਇੰਨੀ ਲੇਟ ਯਾਰ ਸਵయం ਸਵయం ਯੋਜਨਾ ਇਸ ਦਾ ਕਰੈਕਟ ਆਪਸ਼ਨ ਹੈ ਅੱਛਾ ਇਹ ਜੀ ਇੱਕ ਹੋਰ ਸਕੀਮ ਲਾਂਚ ਕੀਤੀ ਗਈ ਸੀ 오ਡੀਸਾ ਯੂਪੀ ਵੱਲੋਂ ਯੂਪੀ ਨੇ ਵੀ ਸੇਮ ਸਕੀਮ ਲਾਂਚ ਕੀਤੀ ਸੀਗੀ ਉਹਦਾ ਕੀ ਨਾਮ ਸੀਗਾ ਮਾਈ ਯੁਵਾ ਸਕੀਮ ਮਾਈ ਯੁਵਾ ਸਕੀਮ ਯੂਪੀ ਦੀ ਮਾਈ ਯੁਵਾ ਸੀ 오ਡੀਸਾ ਵਾਲਿਆਂ ਦੀ ਸਵੈਮ ਹੈ ਸੇਮ ਟੂ ਸੇਮ ਪਰਪਸ ਹੈ ਇੰਟਰਸਟ ਫ੍ਰੀ ਲੋਨ ਪ੍ਰੋਵਾਈਡ ਕਰਨਾ ਅਗਲਾ ਸਵਾਲ ਕਿਹੜੀ ਗਵਰਨਮੈਂਟ ਨੇ ਯੂਨੀਨਿਮਸਲੀ ਪਾਸ ਕੀਤਾ ਬਿਲ ਜਿਹਦੇ ਵਿੱਚ ਹੁੱਕਾ ਪਾਰਲਰਸ ਨੂੰ ਕੀਤਾ ਗਿਆ ਬੈਨ ਆਂਧਰਾ ਕੇਰਲ ਕਰਨਾਟਕ ਤੇਲੰਗਨਾ ਹੁੱਕਾ ਪਾਰਲਰਸ ਨੂੰ ਬੈਨ ਕੀਤਾ ਗਿਆ ਕਿਹੜੀ ਰਾਜ ਸਰਕਾਰ ਵੱਲੋਂ ਵੈਰੀ ਗੁੱਡ ਜੀ ਕੇਲਾ ਤੇ ਤੇਲੰਗਨਾ ਸਭ ਕੁਝ ਆ ਰਿਹਾ ਬੱਚਿਓ ਤਾਂ ਆਨਸਰ ਇਜ਼ ਤੇਲੰਗਨਾ ਇਸ ਦਾ ਕਰੈਕਟ ਆਪਸ਼ਨ ਬੱਚੇ ਬਹੁਤ ਵਧੀਆ ਅਗਲਾ ਸਵਾਲ ਕਿਹੜੀ ਕੰਟਰੀ ਨੇ ਡਿਕਲੇਅਰ ਕੀਤੀ ਹੈ ਨੈਸ਼ਨਲ ਐਮਰਜੈਂਸੀ ਕਿਉਂਕਿ ਕਹਿੰਦੇ ਉੱਥੇ ਤੇਲ ਰਿਸ ਗਿਆ ਤੇਲ ਦੇ ਰਿਸਾਹ ਕਾਰਨ ਕਿਸ ਦੇਸ਼ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਤ੍ਰਿਨਿਦਾਦ ਐਂਟੋਬਾਗੋ ਟਵਾਲੂ ਵਨਵਾਤੂ ਜਾਂ ਫਿਰ ਨਾਰੂ ਦੱਸੋ ਇਹਦਾ ਆਨਸਰ ਕੀ ਆਊਗਾ ਤ੍ਰਿਨਿਦਾਦ ਐਂਡ ਟੋਬਾਗੋ ਵੈਰੀ ਗੁੱਡ ਤ੍ਰਿਨਿਦਾਦ ਐਂਡ ਟੋਬਾਗੋ ਇਜ਼ ਦਾ ਕਰੈਕਟ ਆਪਸ਼ਨ ਬੱਚਿਓ ਬਹੁਤ ਵਧੀਆ ਅਗਲਾ ਸਵਾਲ ਇੰਡੀਆ ਦਾ 올ਡੈਸਟ ਟੈਸਟ ਕ੍ਰਿਕਟਰ ਜਿਹੜਾ ਰੀਸੈਂਟਲੀ ਪਾਸ ਹੋ ਗਿਆ ਜੀ ਵਿੱਚ ਉਹਨਾਂ ਦਿਹਾਂਤ ਹੋ ਗਿਆ ਨਾ ਨਾਮ ਕੀ ਸੀ ਅੰਸ਼ੂਮਨ ਗਾਇਕਵਾੜ ਸੁਸ਼ੀਲ ਗਾਇਕਵਾੜ ਵਿਜੇ ਪ੍ਰਕਾਸ਼ ਗਾਇਕਵਾੜ ਦੱਤਾ ਜੀ ਰਾਉ ਗਾਇਕਵਾੜ ਦੱਸੋ ਜੀ ਕਰਿਆ ਹੋਏ ਨੇ ਚੈਨਲ ਤੇ ਕਰੰਟ ਅਫੇਅਰ ਜੀ ਪੁੱਛਣੇ ਹਾਂਜੀ ਕਿੱਤੇ ਹੋਏ ਨੇ ਬੱਚਿਓ ਜਸਦੀਪ ਮੈਂ ਮਈ ਤੋਂ ਪੜਾ ਰਿਹਾ 9 ਮਈ ਤੋਂ ਉੱਤੋਂ ਚੱਕ ਲਓ ਫਟੇ ਦਿੱਤਾ ਜੀ ਰਾਓ ਕਹਿ ਰਹੇ ਨੇ ਜੋ ਦੋ ਚਾਰ ਜਵਾਬ ਤੇ ਦਿੱਤਾ ਜੀ ਰਾਓ ਹੀ ਹੈ கரੈਕਟ ਆਪਸ਼ਨ ਬੱਚਿਓ ਅਗਲੇ ਸਵਾਲ ਤੇ ਆਜੋ ਪ੍ਰੈਜ਼ੀਡੈਂਟ ਕੌਣ ਬਣਿਆ ਜੀ ਰੀਸੈਂਟਲੀ ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਕੌਣ ਬਣਿਆ ਹੈ ਦੱਸੋ ਜੀ ਏ ਰਣਜੀਤ ਕੁਮਾਰ ਅਗਰਵਾਲ ਇਸ ਦਾ கரੈਕਟ ਆਪਸ਼ਨ ਜੀ ਇਹ ਬਣ ਗਏ ਨੇ ਇਹਨਾਂ ਦੇ ਪრეਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਚਰਨਜੋ ਸਿੰਘ ਨੰਦਾ ਨੇ ਉਹ ਵਾਈਸ ਪ੍ਰੈਜ਼ੀਡੈਂਟ ਨੇ ਠੀਕ ਹੈ ਜੀ ਨੰਦਾ ਜੀ ਅਗਲਾ ਸਵਾਲ ਆਈਸੀਸੀ ਪਲੇਅਰ ਆਫ ਦਾ ਮੰਥ ਅਵਾਰਡ ਕਿਹਨੂੰ ਦਿੱਤਾ ਗਿਆ ਜੀ ਊਮਨਸ ਕੈਟਾਗਰੀ ਦੇ ਵਿੱਚ ਜਨਵਰੀ ਮਹੀਨੇ ਦਾ ਆਈਸੀਸੀ ਪਲੇਅਰ ਆਫ ਦਾ ਮੰਥ ਊਮਨਸ ਕੈਟਾਗਰੀ ਵਿੱਚ ਕਿਹਨੂੰ ਦਿੱਤਾ ਗਿਆ ਅਲੈਸਾ ਹੇਲੇ ਬੈਥ ਮੂਨੀ ਐਮੀ ਹੰਟਰ ਅਰਲਿੰਡ ਕੈਲੀ ਵੈਰੀ ਗੁੱਡ ਐਮੀ ਹੰਟਰ ਐਮੀ ਹੰਟਰ ਇਸ ਦਾ கரੈਕਟ ਆਪਸ਼ਨ ਬਹੁਤ ਵਧੀਆ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੌਣ ਲੱਗੇ ਨੇ ਆਈਆਰਸੀਟੀਸੀ ਦੇ आईआर सिटीज ਦੇ ਨਵੇਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੌਣ ਸੰਜੇ ਜੱਜੂ ਸ਼ਿਵਾਂਗੀ 보ਰਾ ਸੰਜੀ ਕੁਮਾਰ ਜੈਨ ਅਭਿਨਵ ਸਿੰਘ ਪੁੱਛ ਲੈਣੇ ਨੇ ਲੇਟੈਸਟ ਵਾਲਾ ਪੁੱਛ ਲੈਣੇ ਹੁੰਦੇ ਨੇ ਹਰਪਿੰਦਰ ਲੇਟੈਸਟ ਵਾਲੇ ਪੁੱਛਣਗੇ ਨਾ ਲੋ ਜੀ ਸੰਜੇ ਸੰਜੀ ਕੁਮਾਰ ਜੈਨ ਇਸ ਦਾ ਕਰੈਕਟ ਆਪਸ਼ਨ ਜੀ ਲੋ ਜੀ ਅਗਲੇ ਸਵਾਲ ਤੇ ਚੱਲੀਏ ਲੋ ਜੀ ਕਿਹਨੂੰ ਦਿੱਤਾ ਗਿਆ ਵਿਸ਼ਿਸ਼ਟ ਸੇਵਾ ਮੈਡਲ ਕਿਉਂਕਿ ਬੱਚੇ ਉਸ ਬੰਦੇ ਨੇ ਬਣਾ ਦਿੱਤਾ ਹੈ ਇੱਕ ਮਲਟੀਪਰਪਸ ਆਕਟੋਕਾਪਟਰ ਜਿਹੜਾ ਕਿ ਇੱਕ ਡਰੋਨ ਹੈ ਕਿਨੂੰ ਦਿੱਤਾ ਗਿਆ ਹवलदार ਉਹਦਾ ਰੈਂਕ ਹੈ ਬੱਚੇ ਵਿਸ਼ੇਸ਼ ਸੇਵਾ ਮੈਡਲ ਦਿਨਾ ਨੂੰ ਸਮਾਨਿਤ ਕੀਤਾ ਗਿਆ ਸੀ ਅਰुण, ਅਦਿੱਤੋ, ਵਰਿੰਦਰ ਸਿੰਘ, ਅਤੁਲ ਅਨੰਦ, ਦੇਵਰਾਜ ਅੰਦੂ ਕੀ ਆਨਸਰ ਆਊਗਾ ਵਰਿੰਦਰ ਸਿੰਘ ਇਸ ਦਾ ਕਰੈਕਟ ਆਪਸ਼ਨ ਬਹੁਤ ਵਧੀਆ ਅਗਲਾ ਸਵਾਲ ਕਿਹੜੀ ਸਟੇਟ ਪੁਲਿਸ ਫੋਰਸ ਪਹਿਲੀ ਬਣ ਗਈ ਹੈ ਇੰਡੀਆ ਦੀ ਜਿਨੇ ਡਰੋਨਸ ਨੂੰ ਯੂਜ਼ ਕਰਕੇ ਟੀਅਰ ਗੈਸ ਦੇ ਗੋਲੇ ਸੱਟੇ ਨੇ

ਹਾਂਜੀ ਬੱਚੇ ਮਨਪ੍ਰੀਤ ਕੌਚਾਲ ਜੀ ਅੱਜ ਹੀ ਪਾਉਂਗਾ ਇਹਨੂੰ ਮੈਂ ਟੈਲੀਗ੍ਰਾਮ ਤੇ ਸੋ ਯੂਐਸਏ ਇਸ ਦਾ ਕਰੈਕਟ ਆਪਸ਼ਨ ਯੂਐਸਏ ਤੇ ਹੋਰ ਕੈਰੀਬੀਨ ਜਿਹੜੀ ਕੰਟਰੀਜ਼ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਕਰਨਾ ਵੈਸਟ ਇੰਡੀਜ਼ ਨੇ ਅਗਲਾ ਸਵਾਲ ਵਰਲਡ ਯੂਨਾਨੀ ਡੇ ਬਰਥ ਐਨੀਵਰਸਰੀ ਮਨਾਈ ਜਾਂਦੀ ਹੈ ਕਿਹੜੀ ਪਰਸਨੈਲਿਟੀ ਦੀ ਵਰਲਡ ਯੂਨਾਨੀ ਡੇ ਅਸੀਂ ਮਨਾਉਂਦੇ ਹਰ ਇੱਕ ਸਾਲ ਉਸ ਦਿਨ ਬਰਥ ਐਨੀਵਰਸਰੀ ਕਿਦੀ ਹੁੰਦੀ ਹੈ مولانا ਅਬੁਲ ਕਲਾਮ ਮੁਖ्तार ਅਹਿਮਦ ਅंसारी ਹਾਕਮ ਅਜਮਲ ਖਾਨ ਮੁਹੰਮਦ ਅਲੀ ਜੋਹਰ ਹਾਕਮ ਅਜਮਲ ਖਾਨ ਇਸ ਦਾ करैक्ट ऑप्शन हाकिम अजमल खान इज द करैक्ट ऑप्शन अगला सवाल ओ 23 ਸਾਲਾਂ ਦਾ ਟ੍ਰਾਈਬਲ ਊਮਨ ਕੌਣ ਨੇ ਜਿਹੜੇ ਕਿ ਤਾਮਿਲਨਾਡੂ ਦੀ ਪਹਿਲੀ ਸਿਵਲ ਜੱਜ ਬਣੇ ਨੇ ਫਰਸਟ ਟ੍ਰਾਈਬਲ ਊਮਨ ਜਿਹੜੇ ਕਿ ਜੱਜ ਬਣੇ ਨੇ ਤਾਮਿਲਨਾਡੂ ਦੇ ਵਿੱਚ ਨਾਮ ਕੀ ਜਿਹਦਾ ਸ਼੍ਰੀਪਤੀ ਮਹਾਲక్ష్ਮੀ ਆਦਾਰਸ਼ਿਨੀ ਆਧਿਆ ਸ਼੍ਰੀਪਤੀ ਵੈਰੀ ਗੁੱਡ ਸ਼੍ਰੀਪਤੀ ਇਜ਼ ਦਾ ਕਰੈਕਟ ਆਪਸ਼ਨ ਲੋ ਜੀ ਕਹਿੰਦਾ ਕਿਹੜੀ ਸਕ੍ਰਿਪਟ ਉੱਤੇ ਪੂਰਨ ਸਿਸਟਮ ਬਣਾਇਆ ਗਿਆ ਜਿਹਦਾ ਮੇਨ ਏਮ ਕੀ ਹੈ ਕਿ ਪੰਜਾਬੀ ਦੀ ਟਾਈਪਿੰਗ ਐਕਸਪੀਰੀਅੰਸ ਨੂੰ ਇਨਹਾਂਸ ਕੀਤਾ ਜਾ ਸਕੇ ਕਿਹੜੀ ਲਿਪੀ ਉੱਤੇ ਬਣਾਇਆ ਗਿਆ ਜੀ ਇਹ ਪੂਰਨ ਸਿਸਟਮ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹਨੂੰ ਬਣਾਇਆ ਹੈ ਜੀ ਪੂਰਨ ਸਿਸਟਮ ਮੱਲੀ ਕਰਕੇ ਇੱਕ ਆਪਣੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਬਣਾਇਆ ਇਹਨੂੰ ਗੁਰਮੁਖੀ ਲਿਪੀ ਉੱਤੇ ਜਿਹੜਾ ਹੈ ਇਹਨੂੰ ਬਣਾਇਆ ਗਿਆ ਬੱਚਿਓ ਗੁਰਮੁਖੀ ਲਿਪੀ ਉੱਤੇ ਯਾਦ ਰੱਖੋਗੇ ਇੱਥੇ ਲਿਖਿਆ ਉਹਨਾਂ ਦਾ ਨਾਮ ਉਹਨਾਂ ਦਾ ਮੱਲੀ ਜੀ ਦਾ ਅ ਅ ਅ ਗੁਰਜੋਤ ਸਿੰਘ ਮਾਹੀ ਸੌਰੀ ਹਣਾ ਗੁਰਜੋਤ ਸਿੰਘ ਮਾਹੀ ਨੇ ਇਹਨੂੰ ਬਣਾਇਆ ਮੱਲੀ ਨਹੀਂ ਠੀਕ ਹੈ ਜੀ ਯਾਦ ਰੱਖੋਗੇ ਅਗਲਾ ਸਵਾਲ ਇੰਡੀਆ ਨੇ ਸਾਈਨ ਕੀਤਾ ਐਮਓਯੂ ਫਰਵਰੀ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਗਏ ਸੀ ਯੂਏਈ ਦੇ ਵਿੱਚ ਉੱਥੇ ਐਸੀ ਨੇ ਯੂਪੀਆਈ ਦਾ ਟਾਈਪ ਅਪ ਕੀਤਾ ਯੂਏਈ ਦੇ ਕਿਹੜੇ ਇਨਸਟੈਂਟ ਪੇਮੈਂਟ ਪਲੇਟਫਾਰਮ ਨਾਲ ਆਨੀ ਨਾਲ ਵਰਲਡ ਪੇ ਨਾਲ ਉਪਾਇਓ ਨਾਲ ਗੋ ਕਾਰਡਲੈਸ ਨਾਲ ਆਨੀ ਆਨੀ ਇਸ ਦਾ ਕਰੈਕਟ ਆਪਸ਼ਨ ਕਿਹੜਾ ਜੀ ਹੈ ਆਨੀ ਇਸ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਕਹਿੰਦਾ ਜੀ ਵਿਚ ਇੰਡੀਅਨ ਸਟੇਟ ਹੈਜ਼ ਡਿਕਲੇਅਰਡ ਦਾ ਕਾਜੀ ਨੇਮੂ ਲੇਮਨ ਐਜ਼ ਇਟਸ ਸਟੇਟ ਫਰੂਟ ਕਾਜੀ ਨੀਮੂ ਇੱਕ ਸੀਗਾ ਨਿੰਬੂ ਨਹੀਂ ਸੀਗਾ ਉਹਨੂੰ ਸਟੇਟ ਫਰੂਟ ਡਿਕਲੇਅਰ ਕੀਤਾ ਸੀ ਕਿਹੜੀ ਰਾਜ ਸਰਕਾਰ ਨੇ ਅਸਾਮ ਮੇਘਾਲਿਆ ਮਨੀਪੁਰ ਮਿਜ਼ਰਮ ਸ਼ਾਬਾਸ਼ ਅਸਾਮ ਇਸ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਜਨਰਲ ਰਾਵਤ ਜੀ ਦਾ ਸਟੈਚੂ ਕਿੱਥੇ ਲੱਗੂਗਾ ਜਿਹੜੇ ਕਿ ਸਾਡੇ ਪਹਿਲੇ ਸੀਡੀਐਸ ਸੀਗੇ ਚੀਫ ਆਫ ਡਿਫੈਂਸ ਸਟਾਫ ਸੀਗੇ ਇਹਨਾਂ ਦਾ ਬੁੱਤ ਕਿੱਥੇ ਲੱਗਣਾ ਹੈ ਬੰਗਲੌਰੂ ਦੇ ਵਿੱਚ ਦੇਰਾ ਦੂਨ ਦੇ ਵਿੱਚ ਲਖਨਊ ਦੇ ਵਿੱਚ ਪੂਨੇ ਦੇ ਵਿੱਚ ਵੈਰੀ ਗੁੱਡ ਦੇਹਰਾ ਦੂਨ ਦੇ ਵਿੱਚ ਵੈਰੀ ਗੁੱਡ ਜੀ ਅਗਲਾ ਸਵਾਲ ਕਿਹੜੀ ਮਿਨਿਸਟਰੀ ਤੇ ਫੀਫਾ ਨੇ ਕੋਲੈਬੋਰੇਟ ਕਰਕੇ ਪ੍ਰਮੋਟ ਕਰਨਾ ਹੈ ਫੁੱਟਬਾਲ ਨੂੰ ਇੰਡੀਅਨ ਸਕੂਲਸ ਦੇ ਵਿੱਚ ਮਿਨਿਸਟਰ ਆਫ ਕਲਚਰ ਮਿਨਿਸਟਰ ਆਫ ਐਜੂਕੇਸ਼ਨ ਮਿਨਿਸਟਰੀ ਆਫ ਸਪੋਰਟਸ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ 11 ਲੱਖ ਫੁੱਟਬਾਲਾਂ ਸੀ ਜਵਾਖਾਂ ਨੂੰ ਦੇਣੀਆਂ ਨੇ ਫੀਫਾ ਤੇ ਕਿਹੜੀ ਮਿਨਿਸਟਰੀ ਨੇ ਮਿਲ ਕੇ ਇਹ ਕੰਮ ਲਾਂਚ ਕੀਤਾ ਜੀ ਵੈਰੀ ਗੁੱਡ ਜੀ ਮਿਨਿਸਟਰੀ ਆਫ ਐਜੂਕੇਸ਼ਨ ਤੇ ਫੀਫਾ ਆਲੇ ਨੇ ਹਨਾ ਜੀ 11 ਲੱਖ ਫੁੱਟਬਾਲਾਂ ਦੇਣੀਆਂ ਨੇ ਫੁੱਟਬਾਲ ਫੋਰ ਸਕੂਲ ਪ੍ਰੋਗਰਾਮ ਦੇ ਅੰਡਰ ਅਗਲਾ ਸਵਾਲ ਸਾਊਦੀ ਅਰੇਬੀਆ ਨੇ 2025 ਵਿੱਚ ਕਿਹੜੀ ਲਗਜ਼ਰੀ ਟ੍ਰੇਨ ਜਿਹੜੀ ਹੈ ਲਾਂਚ ਕਰਨੀ ਹੈ ਉਹਦਾ ਨਾਮ ਕੀ ਹੈ ਡੇਜ਼ਰਟ ਜੂਲ ਡ੍ਰੀਮ ਆਫ ਦਾ ਵਾਇਸਿਸ ਡ੍ਰੀਮ ਆਫ ਦਾ ਡੇਜ਼ਰਟ ਅਰੇਬੀਅਨ ਵੇਜਰ ਡ੍ਰੀਮ ਆਫ ਦਾ ਡੇਜ਼ਰਟਸ ਇਜ਼ ਦਾ ਕਰੈਕਟ ਆਪਸ਼ਨ ਡ੍ਰੀਮ ਆਫ ਦਾ ਡੇਜ਼ਰਟ ਇਜ਼ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਕਿਹੜਾ ਆਰਟੀਕਲ ਕਨਸਟੀਟਿਊਸ਼ਨ ਦਾ ਜਿਹਨੇ ਜਿਹੜਾ ਡਿਕਲੇਅਰ ਕੀਤਾ ਗਿਆ ਵਾਇਲੇਟਡ ਇਨ ਦਾ ਸੁਪਰੀਮ ਕੋਰਟ ਜਜਮੈਂਟ ਰਿਗਾਰਡਿੰਗ ਦਾ ਇਲੈਕਟਰਲ ਬਾਂਡਸ ਕੋਨ ਜਦੋਂ ਇਲੈਕਟਰਲ ਬਾਂਡ ਸਕੀਮ ਨੂੰ ਅਨਕਨਸਟੀਚਿਊਸ਼ਨਲ ਘਰਾਰ ਦਿੱਤਾ ਗਿਆ ਉਦੋਂ ਸੁਪਰੀਮ ਕੋਰਟ ਕਹਿੰਦੀ ਤੁਹਾਡਾ ਕਿਹੜਾ ਆਰਟੀਕਲ ਹਰਟ ਹੋ ਰਿਹਾ ਹੈ ਰਾਈਟ ਟੂ ਇਨਫੋਰਮੇਸ਼ਨ ਦੱਸੋ ਜੀ ਵੈਰੀ ਗੁੱਡ ਜੀ ਇਹਦੇ ਵਿੱਚ ਕਿਹੜਾ ਆਰਟੀਕਲ ਹਰਟ ਹੋ ਰਿਹਾ ਬੱਚੇ ਆਰਟੀਕਲ 19 1 ए ਵੈਰੀ ਗੁੱਡ ਜੀ ਅਗਲਾ ਸਵਾਲ ਕਿਹੜੀ ਕੰਟਰੀ ਦੇ ਅਗੇਂਸਟ ਇੰਡੀਆ ਦੀ ਊਮਨ ਬੈਡਮਿੰਟਨ ਟੀਮ ਜਿੱਤੀ ਗਿਆ ਤੇ ਉਹਨਾਂ ਨੇ ਇੰਡੀਆ ਨੇ ਪਹਿਲੀ ਵਾਰੀ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਟਾਈਟਲ ਜਿੱਤ ਲਿਆ 2024 ਦਾ ਕਿਹਨੂੰ ਹਰਾਇਆ ਬਚੇ ਇਹ ਸਵਾਲ ਹੈ ਚਾਈਨਾ ਜਾਪਾਨ ਮਲੇਸ਼ੀਆ థਾਈਲੈਂਡ థਾਈਲੈਂਡ ਲਾ ਦਿਓ ਤੁੱਕੇ ਲਾ ਦਿਓ ਤੁਸੀਂ ਲੋ ਜੀ ਸੋ ਡੀ ਇਜ਼ ਦਾ ਕਰੈਕਟ ਆਪਸ਼ਨ థਾਈਲੈਂਡ ਨੂੰ ਹਰਾਇਆ ਸੀਗਾ ਤੇ ਅਸੀਂ ਬਾਡਮਿੰਟਨ ਨੇਸ਼ਨ ਟੀਮ ਚੈਂਪੀਅਨਸ਼ਿਪ ਜਿਹੜਾ ਟਾਈਟਲ ਹੈ ਪਹਿਲੀ ਵਾਰ ਜਿੱਤ ਲਿਆ ਸੀਗਾ ਅਗਲਾ ਸਵਾਲ ਨਵਾਂ ਪ੍ਰੈਜ਼ੀਡੈਂਟ ਕੌਣ ਬਣਿਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਨਵਾਂ ਪ੍ਰੈਜ਼ੀਡੈਂਟ ਕੌਣ ਨਵਾਬ ਸ आलम वेरी गुड जी कौन है जी नवाफ सालम इज द करेक्ट ऑप्शन इंटरनेशनल कोर्ट ऑफ जस्टिस दस है, है? है? नीदरलैंड्स चलो जी अगला सवाल लो जी इंस्पायर स्कीम वट डज़ द इंस्पायर स्कीम ऑफ सिक्किम गवर्नमेंट डील विद विद दैट ऑफ रूरल वर्ल्ड बैंक वर्ल्ड बैंक ने अप्रूव की है इंसपायर स्कीम ए मकसद की है एग्रीकल्चर प्रैक्टिस प्रमोट करना फ्री हेल्थ केयर सर्विसिज देनी ट्रेनिंग देनी अपस्किल करनी वूमेन् यूथ नपोर्ट करना इंफ्रास्ट्रक्चर डेवलपमेंट प्रोजेक्ट इंसपायर का मकसद की है ये सवाल है शाबाश लो जी ਸੀ ਇਸ ਦਾ ਕਰੈਕਟ ਆਪਸ਼ਨ ਬੱਚਿਓ ਇਹਦੇ ਵਿੱਚ ਜਿਹੜਾ ਹੈ ਇਨਸਪਾਇਰ ਕਰਤਾ ਜਾਣਾ ਹੈ ਜੀ ਯੂਥ ਨੂੰ ਉਹਦੀ ਟ੍ਰੇਨਿੰਗ ਦਿੱਤੀ ਜਾਣੀ ਹੈ ਉਹਨਾਂ ਨੂੰ ਲਓ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਅੱਜ ਦਾ ਸੈਸ਼ਨ ਨੂੰ ਮੈਂ ਸਮਾਪਤ ਕਰਦਾ ਠੀਕ ਹੈ ਜੀ ਤੇ ਬਸ ਬਹੁਤ ਹੋ ਗਏ ਬੱਚੇ ਕੁਐਸਚਨ ਤੇ ਹੁਣ ਦਾ ਬਸ ਜਿਹੜੇ ਰਹਿ ਗਏ ਹੁਣ ਤੁਹਾਨੂੰ ਸਿੱਧੀ ਪੀਡੀਐਫ ਮਿਲੂਗੀ ਤੁਸੀਂ ਖੁਦ ਪੜ੍ਹੋਗੇ ਠੀਕ ਹੈ ਜੀ ਚੱਲ ਮੇਰੇ ਵੀਰੇ ਸੋ ਇਹਦੇ ਨਾਲ ਸੈਸ਼ਨ ਨੂੰ ਕਰਦੇ ਆ ਖਤਮ ਥੈਂਕ ਯੂ ਸੋ ਮੱਚ ਫॉर ਅਟੈਂਡਿੰਗ ਦਿਸ ਸੈਸ਼ਨ ਤੇ ਮਾਸਟਰ ਕੋਰਸ 4.0 ਨੂੰ ਤੁਸੀਂ ਜ਼ਰੂਰ ਲੈਣਾਗਾ ਤੇ ਕੱਲੂ ਆਪਾਂ ਮਿਲਾਂਗੇ ਬੱਚਿਓ ਫੇਰ ਆਪਾਂ 9 ਤੇ ਉਸ ਤੋਂ ਇਲਾਵਾ ਜਾਂਦਾ ਜਿੰਨਾ ਤੁਹਾਨੂੰ ਮੈਂ ਦੱਸ ਦਵਾਂ ਤੁਹਾਡੀ ਅੱਜ 10:30 ਵਜੇ ਕਲਾਸ ਹੈ ਅੰਤਰ ਸਰ ਜੀ ਨਾਲ ਅੰਤਰ ਸਰ ਨੇ ਤੁਹਾਨੂੰ ਦੱਸਣਾ ਹੈ ਪਹਿਲੇ अटेम्प्ट ਵਿੱਚ ਕਿਵੇਂ ਕਰੀਏ ਪਾਸ ਕਿਹੜਾ ਪੇਪਰ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਇਹ 10:30 ਚੱਲੂਗਾ ਤਾਂ ਇਹਨੂੰ ਤੁਸੀਂ ਜ਼ਰੂਰ ਲਾਓ ਜਾਂਦੇ ਜਾਂਦੇ ਸੈਸ਼ਨ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਠੀਕ ਹੈ ਜੀ ਥੈਂਕ ਯੂ ਬੱਚਿਓ ਥੈਂਕ ਯੂ ਸੋ ਮੱਚ ਫੈਂਟੈਸਟਿਕ ਸੈਸ਼ਨ ਥੈਂਕ ਯੂ ਥੈਂਕ ਯੂ ਬੱਚਿਓ ਐਵੇਂ ਹੀ ਤੁਸੀਂ ਬਸ ਪਿਆਰ ਵਰਸਾਉਂਦੇ ਰਹੋ ਤੇ ਮੈਂ ਹੋਰ ਵੀ ਵਧੀਆ ਤੁਹਾਡੇ ਵਾਸਤੇ ਕੰਟੈਂਟ ਕ੍ਰिएशन ਕਰਦਾ ਰਹੂੰਗਾ ਠੀਕ ਹੈ ਜੀ ਸੋ ਥੈਂਕ ਸਾਈਨਿੰਗ ਆਫ ਪੰਜਾਬੀ ਹੁੰਦੀ ਨਹੀਂ ਇਦਾਂ ਹੋ ਨਹੀਂ ਸਕਦਾ ਪੰਜਾਬੀ ਹੁੰਦੀ ਹੈ ਤੁਸੀਂ ਸਕਸੈਸਰੀ ਆਨਲਾਈਨ ਵਾਲੇ ਚੈਨਲ ਤਾਂ ਨਹੀਂ ਜੁਆਇਨ ਕਰ ਰੱਖਿਆ ਸਕਸੈਸਰੀ ਪੰਜਾਬ ਕਰੋ ਲਾਈਵ ਨਹੀਂ ਚੱਲਦਾ ਅੰਤਰ ਸਰ ਪ੍ਰੀਡ ਕੋਰਸ ਨਹੀਂ ਚੱਲੂਗਾ ਉਹ ਵੀ ਚੱਲੂਗਾ ਬੱਚੇ 10:30 ਤੋਂ ਥੋੜੀ ਜਿਹੀ ਕਲਾਸ ਚੱਲਣੀ ਹੈ ਤਾਂ ਹਲਕੀ 10-20 ਮਿੰਟ ਦੀ ਹੋਊਗੀ ਬਿਲਕੁਲ ਆਉਗੀ ਜੀ ਆਓਗੇ ਜਸਦੀਪ ਤਿਆਰੀ ਖਿੱਚ ਕੇ ਰੱਖੋ ਜਿਹੜਾ ਤਿਆਰੀ ਖਿੱਚ ਕੇ ਰੱਖੋ ਉਹਦਾ ਹੀ ਹੋਊਗਾ ਮੌਕੇ ਤੇ ਹੋਰ ਕਿਸੇ ਦਾ ਨਹੀਂ ਹੋਣ ਵਾਲਾ ਠੀਕ ਹੈ ਚਲੋ ਬਾਈ